ਨੀ ਮੈਂ ਬੇ ਹਾਂ ਆ ਬੋਲੋ। ਕਿਹਦੇ ਨਾਲ ਬੋਲੀ ਜਾਂਦੀ ਆ ਕੇ ਚੱਕੀ ਆਉਣੀ ਆ ਨਾਲੇ ਨੀ ਭਾਈ, ਇਹ ਤਾਂ ਚੱਕੀ ਆਉਣੇ ਤੂੰ ਦੇਖ ਨਵੀਂ ਚੀਜ਼, ਇਹ ਕਹਿੰਦੇ ਆ ਨਵੀਂ ਚੀਜ਼ ਹੈ। ਵੱਡੇ ਬੰਦੇ ਦਾ ਕਹਿੰਦੇ ਉਹ ਹੁੰਦਾ, ਕਹਿੰਦੇ ਵੱਡੇ ਬੰਦੇ ਦਾ ਕਰਕੇ ਬਣਾਉਂਦੇ ਹੈਗੇ। ਪਿੰਡ ਚ ਆਪਣੇ ਇੱਥੇ ਮੁੰਡਿਆਂ ਨਾਲ ਹੀ ਬੋਲੀ ਜਾਂਦੀ ਸੀ, ਹਾਂ ਮਾਣਦਿਆਂ ਨਾਲ ਹੀ। ਹਾਂ ਆ ਦੇਖ ਉਹ ਪਿੰਡ ਚ ਬੁੜੀ ਮਰੀ ਹੈ ਜਿਹੜੀ, ਉਹ ਵੱਡੀ ਉਮਰ ਦੀ ਮਰੀ ਹੈ, ਉਹਦਾ ਇਹ ਗਦੌੜਾ ਪਕਾਇਆ ਹੈ। ਨਾ ਗਦੌੜਾ ਹੁੰਦਾ ਬਾਬੇ, ਇਹੀ ਹੁੰਦਾ ਭਾਈ। ਕਹਿੰਦੇ ਤੁਸੀਂ ਕਿਹੜਾ ਦੇਖਿਆ, ਦੇਖਿਆ ਤਾਂ ਮੈਂ ਵੀ ਨਹੀਂ ਸੀ, ਮੈਂ ਵੀ ਪਹਿਲੀ ਵਾਰ ਦੇਖਿਆ ਇਹ। ਇਹ ਕੀ ਪਾਇਆ ਇਹਦੇ ਵਿੱਚ? ਇਹ ਖੰਡ ਹੁੰਦੀ ਹੈ ਭਾਈ, ਖੰਡ ਤੇ ਘਿਓ ਹੈ। ਲੈ ਖੰਡ ਤੇ ਕਿਉਂ ਆਏ, ਗਦੌੜਾ ਹੋ ਗਿਆ। ਮੈਂ ਤਾਂ ਆਖਾਂ ਬਾਹਲਾ ਵੱਡਾ ਨਾਂ ਸੁਣਿਆ ਕਿ ਤੇਰਾ ਕੀ ਕਿ ਗਦੌੜਾ ਫੇਰਿਆ ਇੱਥੇ, ਮੈਂ ਆਖਾਂ ਬਾਹਲਾ ਵੱਡਾ ਹੁੰਦਾ ਹੋਊ ਬੇ, ਐਡਾ ਕਿੰਨਾ ਗਦੌੜਾ ਵਸ। ਇਹੀ ਹੁੰਦਾ ਭਾਈ, ਸਾਰੇ ਪਿੰਡ ਚ ਫੇਰਿਆ ਉਹਨਾਂ ਨੇ ਮੁੰਡਿਆਂ ਨੇ, ਮੈਂ ਤੈਨੂੰ ਦੱਸਾਂ। ਅੱਛਾ, ਉਹਨਾਂ ਦੀ ਬੁੜੀ ਵੱਡੀ ਉਮਰ ਦੀ ਹੋ ਕੇ ਮਰੀ ਸੀ। ਨਹੀਂ, ਸਾਰੇ ਪਿੰਡ ਚ ਫੇਰਨਾ ਪੈਂਦਾ ਗਦੌੜਾ। ਸਾਰੇ ਪਿੰਡ ਚ ਫੇਰਨਾ ਪੈਂਦਾ ਭਾਈ, ਉਹਨਾਂ ਦੀ ਬੁੜੀ ਸੀ ਵੱਡੀ ਉਮਰ ਦੀ ਹੋ ਕੇ ਮਰੀ ਹੈ, ਕਰਮ ਵਾਲੀ ਸੀ, ਪੁੱਤ ਪੋਤਿਆਂ ਵਾਲੀ, ਤਾਂ ਫੇਰੀ ਇਹ। ਵਾਹਲੀ ਔਖੀ ਬੁੜੀ ਸੀ। ਮੈਂ ਤਾਂ ਕਹਿੰਦੀ ਤੂੰ, ਤੇਰੀ ਵੀ ਏਡੀ ਉਮਰ ਹੋਵੇ, ਆਦੇ ਪੁੱਤ ਪੋਤਿਆਂ ਦਾ ਪੜੋਤਿਆਂ ਦਾ ਵੀ ਵਿਆਹ ਦੇਖ ਕੇ ਮਰੇ, ਫਿਰ ਤੇਰਾ ਵੀ ਗਦੌੜਾ ਫੇਰੀਏ। ਭਾਈ ਮੈਂ ਤਾਂ ਨਹੀਂ ਕਹਿੰਦੀ ਐ, ਮੈਂ ਤੈਨੂੰ ਕਹਿੰਦਾ ਵੀ ਗਦੌੜਾ ਫੇਰ ਦਾਂਗਾ, ਤੁਸੀਂ ਨਾ ਫੇਰੇ ਪਿੰਡ ਚ ਹੱਸੀ ਜਾਣਗੇ, ਤੁਹਾਨੂੰ ਕਹਿਣਗੇ ਕਹਿੰਦਾ ਉਹਨਾਂ ਦੀ ਬੁੜੀ ਦਾ ਦੇਖ ਕੇ, ਹੁਣ ਕਹਿੰਦੇ ਇਹਨਾਂ ਦੀ ਬੁੜੀ ਦਾ ਪਕਾਇਆ ਤਾਂ ਹੈ ਨਹੀਂ, ਮੈਂ ਮਰ ਜਾਓ। ਉਹ ਅੱਜ ਹੀ ਤਾਂ ਨਹੀਂ ਪੋਇਆ, ਹਜੇ ਤਾਂ ਤੂੰ ਉਹੀ ਗੱਲ 100 ਸਾਲ ਜਾਏਂਗੀ, ਹਜੇ ਕਿਤੇ ਬੁੜੀ ਹੋ ਗਈ। ਉਹ ਤਾਂ ਬਾਲੀ ਕਰਮ ਵਾਲੀ ਸੀ ਭਾਈ, ਉਹਨਾਂ ਦਾ ਤਾਂ ਬੁੜਾ ਮੁਲਾਜ਼ਮ ਲੱਗਿਆ ਹੋਇਆ ਸੀ, ਬੁੜੀ ਵੀ ਮੁਲਾਜ਼ਮਾਂ ਵਰਗੀ ਸੀ ਉਹਨਾਂ ਦੀ, ਤਾਂ ਕਰਕੇ ਪਕਾਇਆ ਉਹਨਾਂ ਨੇ ਗਾਹਾਂ ਮੁੰਡੇ ਮੁਲਾਜ਼ਮ ਹੋਏ। ਕੀ ਗੱਲ ਹੈ, ਸਾਡੇ ਖਾਤਰ ਤਾਂ ਬਥੇਰਾ ਕੁਛ ਬਣਾਤਾ, ਇੰਨੀ ਆਪਾਂ ਜ਼ਮੀਨ ਬਣਾ ਲਈ, ਕੋਈ ਗੱਲ ਉਦੋਂ ਤਾਂ ਆਪਾਂ ਕਰੋੜਾਂ ਦੇ ਮਾਲਕ ਹੋ ਜਾਵਾਂਗੇ। ਬਣ ਤਾਂ ਜਾਵਾਂਗੇ ਭਾਈ ਕਰੋੜਾਂ ਦੇ ਮਾਲਕ, ਗਾਹਾਂ ਉਹਨਾਂ ਦੇ ਕਹਿੰਦੇ ਮੁੰਡੇ 3-4 ਸੀ, ਉਹ ਵੀ ਮੁਲਾਜ਼ਮ ਲੱਗੇ, ਗਾਹਾਂ ਕੁੜੀਆਂ ਉਹਨਾਂ ਨੇ ਬਾਹਰਲੇ ਦੇਸ਼ 'ਚ ਗਈਆਂ ਹੋਈਆਂ, ਤਾਂ ਕਰਮ ਵਾਲੀ ਬੁੜੀ ਸੀ ਭਾਈ। ਬੇਬੇ ਕੋਈ ਨਹੀਂ, ਤੇਰੇ ਪੋਤੇ ਪੋਤੀਆਂ ਕੀ ਜਾਣਗੇ ਨਹੀਂ ਬਾਹਰਲੇ ਦੇਸ਼ ਆਪਣੇ, ਕੀ ਹੁਣ ਇੱਥੇ ਬੈਠੇ ਰਹਿਣਗੇ ਕੰਮਾਂ ਨਾਲ ਗੱਲਾਂ ਕਰਦੀਆਂ। ਭਾਈ ਮੈਂ ਤਾਂ ਉਹ ਤਾਂ ਕਹਿੰਦੇ ਆ ਕਦੋਂ ਫੜ ਲਏ ਜਵਾਕਾਂ ਤੋਂ, ਵਿਚਾਰੀ ਦਾ ਮੈਨੂੰ ਤਾਂ ਬਾਹਲਾ ਹੀ ਦੁੱਖ ਆਇਆ। ਸਾਰਾ ਦਿਨ ਬੁਲਾਉਂਦੀ ਸੀ, ਜਦੋਂ ਮੈਂ ਜਾਂਦੀ ਬੇਬੇ ਕਹਿ ਕੇ ਬੁਲਾਉਂਦੀ, ਬਾਹਲੀ ਅੱਧਕ ਦੀ ਹੋ ਕੇ ਮਿਲਦੀ, ਤੇ ਬਾਹਲੇ ਕੰਨ ਲਾ ਲਾ ਗੱਲਾਂ ਸੁਣਦੀ ਸੀ ਵਿਚਾਰੀ। ਚੱਲ ਬੇਬੇ, ਉਹ ਤਾਂ ਜਦੋਂ ਫਿਰ ਉਮਰ ਪੂਰੀ ਹੋ ਜਾਂਦੀ ਬੰਦੇ ਦੀ, ਉਦੋਂ ਜਾਣਾ ਹੀ ਪੈਂਦਾ। ਕਰਮ ਵਾਲੀ ਸੀ ਭਾਈ, ਪੁੱਤ ਪੋਤਿਆਂ ਵਾਲੀ, ਦੋਧੇ ਪੋਤਿਆਂ ਵਾਲੀ, ਸਾਰੇ ਕਾਸੇ ਆਈ ਸੀ। ਕਹਿੰਦੇ ਮੈਂ ਤਾਂ ਕਹਿੰਦੀ ਇਹੋ ਜਿਹੇ ਬੰਦੇ ਦਾ ਜਾਣ ਹੁੰਦਾ ਹੈ, ਛੋਟੀ ਉਮਰ ਚ ਵਗ ਜਾਂਦੇ, ਉਹਨਾਂ ਦਾ ਕੀ ਜਾਣ। ਨਾ ਨਾ ਬੇਬੇ, ਉਹਨਾਂ ਨੇ ਤਾਂ ਕੀ ਜਾਣੇ, ਜਾਣ ਤਾਂ ਆਏ ਜਦੋਂ, ਹੁਣ ਉਹੀ ਗੱਲ ਪਿੰਡ ਚ ਨਾ ਪਤਾ ਵੀ ਲੱਗਦਾ ਹੈਗਾ, ਦੇਖੋ ਸਾਰੇ ਪਿੰਡ ਚ ਦੇਖ ਲੈ, ਦੇਖਣਗੇ ਉਹ ਵੀ ਦੇਖਣਗੇ। ਬਣਾਈ ਹੈ ਭਾਈ ਬੁੜੀ, ਇਹ ਤਾਂ ਹੁਣ ਸਾਨੂੰ ਤਾਂ ਬੇਬੇ ਨਵੀਂ ਚੀਜ਼ ਹੀ ਲੱਗਦੀ ਹੈ, ਨਵੀਂ ਤਾਂ ਲੱਗਣੀ ਸੀ ਭਾਈ, ਨਵੀਂ ਇਹ ਚੀਜ਼ ਕਹਿੰਦੇ। ਚੱਲ ਬੇਬੇ ਤਾਂ ਲੈ ਚੱਲ, ਮੈਂ ਉਹਨੂੰ ਦੇਖਾਂ, ਉਹ ਤਾਂ ਆਈ ਨੀ ਮੁੜ ਕੇ, ਗੱਲੀ ਲਾ ਕੇ ਗੁਰਲਾਲ ਆਇਆ ਨੀ ਤੇਰੇ ਚਾਚੇ, ਇੱਥੋਂ ਆਇਆ ਗੱਲ ਹਜੇ ਨੀ ਆਇਆ, ਤੇ ਤਾਈ ਦਾ ਇਹ ਨੀ ਪਤਾ ਜੇ ਦੁਬਾਰੇ ਗੇੜਾ ਆ ਗਈ ਤੇ ਕਿਤੇ ਫਿਰ ਤਾਈ ਦਾ ਹੋਈ ਗੱਲ, ਗਦੌੜਾ ਫੇਰ ਨਾ ਪੈ ਜੇ ਤਾਈ ਦਾ ਕਿਤੇ। ਉਹ ਗੱਲ ਸਹੀ ਹੈ, ਉਹਦੇ ਨਾਲ ਲੜਾਈ ਕਰਨੀ ਪਈ, ਉਹ ਆ ਗਿਆ ਮੁੰਡਾ ਤਾਂ, ਉਹ ਆਉਂਦਾ ਓਏ ਆ ਜਾ, ਲੰਘਿਆ ਲੰਘਿਆ, ਅਸੀਂ ਤੈਨੂੰ ਉਡੀਕੀ ਜਾਂਦੀਆਂ, ਆ ਜਾ ਘਰੀ, ਆ ਜਾ, ਪੈਸਿਆਂ ਦਾ ਕੰਮ ਹੈ ਬੇਬੇ, ਘਰੀ ਲੈ ਕੇ ਆ ਜਾਂਦੇ, ਫਿਰ ਉੱਥੇ ਕਾਹਨੂੰ ਬੋਲਣ। ਲੈ ਟਾਈਮ ਹੀ ਲੱਗ ਗਿਆ ਆਪਾਂ ਨੂੰ ਤਾਂ, ਲੈ ਉਡੀਕੀ ਜਾਂਦੀਆਂ ਖੜੀਆਂ। ਉਡੀਕਣਾ ਤਾਂ ਹੁਣ ਹੈਗੀ, ਮੈਨੂੰ ਤਾਂ ਲੱਗਦਾ ਤੂੰ ਖਾਲੀ ਮੁੜਿਆ ਪੈਸੇ ਲਿਆਈ ਨੀ। ਖਾਲੀ ਮੁੜੇ? ਹਾਂ, ਉਹ ਕਿੱਥੇ ਪੈਸੇ? ਉਹ ਹੈਗੇ ਆ ਪੈਸੇ, ਪੈਸੇ ਤਾਂ ਚਾਚੇ ਨੇ ਮੈਨੂੰ ਸਾਰੀ ਦੇਤੇ, 4 ਲੱਖ ਸਾਰੀ ਦੇਤੇ। ਚੱਲ ਆ ਜਾ ਫਿਰ ਅੰਦਰ ਜਾ ਕੇ, ਗੱਡੀ ਮੇਰੀ ਗੱਲ ਸੁਣ, ਗਿਣ ਕੇ ਨਾ 1.5 ਲੱਖ ਚੋਂ ਕੱਢ ਦਿਓ, 2.5 ਲੱਖ ਹੀ ਦੇਣਾ ਤਾਈ ਦਾ ਆਪਾਂ। ਨਾ ਜੇ 2 ਹੀ ਦੇ ਕੇ ਦੇਖ ਲਈਏ, 2.5 ਨਾ ਦੇ ਅੱਗੇ, 2-3 ਮੰਨੀਏ। 2? ਹਾਂ, ਉਹ ਮੈਂ ਤਾਂ ਕਹਿੰਦਾ 1.5 ਲੱਖ ਹੀ ਦੇ ਦਿਓ, ਕੀ ਗੱਲਾਂ ਕਰਦੀਆਂ ਦੇਖਾ, ਤੇ ਫਿਰ ਜੋ 2.5 ਲੱਖ ਲੈ ਲੈ ਥੋੜਾ। 2 ਲੱਖ ਕਿਤੇ ਹੀ ਬਣ ਜਾਂਦਾ, 2 ਲੱਖ ਤਾਂ ਡਿਗਰੀ ਇਕੱਠੀ ਨਹੀਂ ਹੁੰਦੀ, ਗੱਲਾਂ ਕਿਹੜੀਆਂ ਕਰਦੇ? ਉਹ ਮੇਰੀ ਗੱਲ ਸੁਣ ਲਓ ਤੁਸੀਂ, ਮੈਂ ਤਾਂ ਨਾਲ ਥੋੜੇ ਜਾਂਦਾ ਨੀਗਾ, ਤੂੰ ਜਾਵੇ ਭਾਵੇਂ ਬੇਬੇ ਜਾਵੇ, ਤੁਸੀਂ ਪੈਸੇ ਫੜਾ ਕੇ ਆਓ ਹੁਣ ਤਾਈ ਨੂੰ, ਮੈਂ ਨਹੀਂ ਆਉਣਾ ਨਾਲ ਨੂੰ। ਇਹਨਾਂ ਕਰਦੀਆਂ ਗੱਲ ਵੀ ਬੇਬੇ ਕਿੰਨੇ ਦੇ ਕੇ ਆਈਏ, ਕਿਹੜਾ ਤੂੰ ਫੜਾ ਬੇਬੇ ਨੂੰ, ਮੈਂ ਬੋਲ ਮਾਰਦੀ ਆ ਬੇਬੇ ਉਰੀਆ, ਬੇਬੇ ਨੂੰ ਬੋਲ ਮਾਰ ਲੈ, ਬੇਬੇ ਉਰੀਆ ਰੇ, ਭੱਜ ਕੇ ਆ ਗਿਆ, ਪੈਸੇ ਲੈ ਕੇ ਆ ਗਿਆ। ਲੈ ਬੇਬੇ ਨੂੰ ਫੜਾ ਦੀ ਫਿਰ, ਮੈਂ ਤਾਂ ਫੜਦੀ ਵੀ ਨੀ ਬਾਬਾ ਗੁਰੂ, ਮੇਰੇ ਤੇ ਤਾਂ ਉਹੀ ਸ਼ੱਕ ਕਰਦਾ ਰਹਿੰਦਾ। ਆ ਲੈ ਬੇਬੇ, ਕੀ ਗੱਲ ਆ ਭਾਈ, ਤੈਨੂੰ ਤਾਂ ਬਾਹਲਾ ਚਾਹ ਚੜ ਗਿਆ, ਜ਼ਮੀਨ ਦਿੱਤੀ ਆ ਕਿੱਲਾ ਫੇਰ ਬੇਬੇ, ਆ ਤਾਂ ਬੇਬੇ ਫਿਰ 4 ਲੱਖ ਬਣ ਗਏ ਆਪਾਂ ਨੂੰ, ਪੈਸੇ ਵੀ ਨਹੀਂ ਸੀ ਬਣਦੇ। 4 ਲੱਖ ਹੈ ਪੂਰਾ, 1.5 ਲੱਖ ਕੱਢ ਦੇ ਜੋ, 1.5 ਤਾਂ ਕੱਢ ਦੇਗਾ, ਤੂੰ ਹੀ ਗਿਣ ਕੇ ਕੱਢ ਦੀ ਭਾਈ, ਮੈਨੂੰ ਕਿਹੜੇ ਗਿਣਨੇ ਆਉਂਦੇ, ਤੇ ਉਹ 2.5 ਕਹਿੰਦਾ ਜਿਹੜਾ ਉਹ ਦੇ ਦੇ ਗਿਣ ਕੇ, ਫਿਰ ਤਾਂ 2.5 ਦੇਣ ਨੂੰ।
ਡੇਢ ਲੱਖ ਲਿਆ ਸਿਆਣੀ ਤਾਂ ਆਪਣੀਆਂ ਘਰ ਨੂੰ ਸਿਆਣਾ ਹਰੇਕ ਘਰ ਨੂੰ ਸਿਆਣਾ ਤਾਂ ਹੁੰਦਾ ਹੈ ਕਿ ਤੂੰ ਕੇਸ ਨਾ ਪਵਾਈ ਕਿ 2.5 ਲੱਖ ਹੀ ਫੜ ਲੈ ਬਹੁਤ ਹੈ ਸਾਈ ਹੈ ਆ ਜਾ ਤੂੰ ਬੇਬੇ ਨੂੰ ਫੜਾ ਗਣ ਕੇ ਸੀ ਹੁਣ ਛੱਟ ਕੇ ਹੀ ਉਹਦੇ ਮਾਰ ਗਏ ਮਤ ਲਾਲ ਰੁਪਈਏ ਨਹੀਂ ਛੱਡਦੇ ਹੁੰਦੇ ਉਹ ਤਾਂ ਸਾਡਾ ਖੜਾ ਛੱਟ ਕੇ ਦਾਵਾ ਕਰਦੀ ਨਹੀਂ ਉਹ ਆਹ ਦਾਵਾ ਕਰਦੀ ਉਹ ਤਾਂ ਪੈਸਿਆਂ ਦੀ ਲਾਲਚ ਨਾ ਉਹ ਕਿੱਥੇ ਕਰਦੀ ਹੈ ਦਾਵੇ ਦਾਵੇ ਤੇ ਉਹਦੇ ਪੈਸੇ ਲੱਗਦੇ ਸੀ ਉਹ ਆ ਜਾ ਹੁਣ ਨਾਲ ਹੀ ਆ ਗਣ ਕੇ ਲੈ ਜਾ ਪੈਸੇ ਹੁਣ 2.5 ਲੱਖ ਫੜਾ ਦੇ ਬੇਬੇ ਨੂੰ ਗਣ ਕੇ ਮੈਂ ਇੱਥੋਂ ਨਹੀਂ ਆਈਦਾ ਮੈਂ ਤਾਂ ਉਰੀ ਬੈਠੀ ਹਾਂ ਮੈਂ ਤਾਂ ਡੀਕਦੀ ਹਾਂ ਤੁਹਾਨੂੰ ਜੇ ਮੈਂ ਆ ਗਈ ਫਿਰ ਐ ਆਖੂਗਾ ਮੈਂ ਤਾਂ ਫਿਰ ਦੋ ਹੀ ਪੈਸੇ ਇਹਨੇ ਦੇਖ ਕੇ ਮੈਨੂੰ ਤਾਂ ਲੱਗੂ ਦੋ ਘਰੇ ਰੱਖ ਲਈਏ ਤੇ ਦੋ ਹੀ ਦੇ ਗਏ ਤਾਈ ਨੂੰ ਇਹ ਹੁਣ 2.5 ਕਹੀ ਜਾਂਦਾ ਡੇਢ ਬਚਦਾ ਹੈਗਾ ਨਹੀਂ ਲੈ 2 ਲੱਖ ਬਚ ਜਾਂਦਾ ਜੇ 2 ਦਿੰਦੇ ਐਵੇਂ ਪੰਗਾ ਕਰਕੇ ਧਰ ਲਿਆ ਉਹਦਾ 2-50,000 ਐਵੇਂ ਕਰ ਲਿਆ ਉਹਦੇ ਨਾਲ ਉਦੋਂ ਤੂੰ ਇਹੀ ਕਹਿਣਾ ਵੀ 6 ਕਿੱਲੇ ਦਵਾ ਦਿਓ ਤੇ ਉਸੇ 2 ਲੱਖ ਚ ਅਸੀਂ ਤੁਹਾਨੂੰ ਮਿਲਾਂਗੇ ਵਿੱਚੀ ਹੋਰ ਰੁਪਈਆ ਨਹੀਂ ਦਿੰਦੇ ਨਹੀਂ ਕਿਸੇ ਤੋਂ ਹੋਰ ਲੈ ਲਾਂਦੇ ਉਹ ਚਾਚਾ ਸੀ ਵਿਚਾਰਾ ਸ਼ਰੀਫ ਬੰਦਾ ਸੀ ਜਮਾਂ ਪੈਸੇ ਨਹੀਂ ਸੀ ਲੈਂਦਾ ਉਹ 6 ਕਿੱਲੇ ਉਹ ਦਵਾਉਣ ਦਾ ਇਹਨੇ ਪੈਰ ਵੱਢ ਕੇ ਆਪਣੇ ਬੁਰਾ ਹਾਲ ਕਰਤਾ ਸਾਰਾ ਦਿਨ ਇੱਥੇ ਖੋਰੂ ਪਾਉਂਦੀ ਰਹੀ ਹੈ ਚੱਲ ਉਹਦਾ ਤਾਂ ਜੂੜ ਵੱਢਿਆ ਜਾਊ ਪਰੇ ਉਹਨੂੰ ਤਾਂ ਛਿੱਟ ਕੇ ਗਏ ਪੈਸੇ ਬੇਬੀ ਆ ਜਾ ਛੇਤੀ ਗਿਣ ਕੇ ਲੈ ਪੁੱਛ ਕੇ ਜਾਵਾਂ ਵੀ ਕਰਿਆ ਭਾਈ ਕੋਈ ਹੱਲ ਮੇਰੇ ਕੰਮ ਦਾ ਵੀ ਦੇਖਦੀ ਆ ਲੈ ਆਹੀ ਬੈਠੀ ਆ ਲੈ ਕੱਲੀ ਮੂਹਰੇ ਪ੍ਰਧਾਨ ਹੋਈ ਮੁੰਡਾ ਕਿਸੇ ਪਾਸੇ ਦੀਂਦਾ ਨੀ ਨਾ ਇਹਦੀ ਮਾਂ ਦੀਂਦੀ ਹੋਏਗੀ ਪ੍ਰਧਾਨਗੀ ਕਰਦਾ ਤੂੰ ਕਿਹੜਾ ਕਰਦੀ ਨੀ ਚੱਲ ਭਾਈ ਮੈਂ ਤਾਂ ਕਰਦੀ ਆ ਜੀ ਜੇ ਮੈਂ ਕਰਦੀ ਸੀ ਤਾਂ ਉੱਤੋਂ ਦੀ ਹੋ ਕੇ ਸਾਨੂੰ ਬਾਹਨ ਦਵਾਇਆ ਆ ਸਿੱਧੀਆਂ ਮੈਂ ਡੋਕਰੀ ਤੁਹਾਡੇ ਬਾਰਾਂ ਚ ਤੇਰੀ ਜੂੜ ਵੜਵੇਂ ਨੇ ਪੈਸੇ ਗਿਣੀ ਜਾਂਦੇ ਅੰਦਰ ਸੁੱਟਦੇ ਤੇਰੇ ਪੈਰਾਂ ਚ 2.5 ਲੱਖ ਰੁਪਏ ਬੈਠੀ ਰਹਿ ਪੈਸੇ ਦੂਸਰੇ ਨੇ ਮੈਂ ਲੈਂਦੀ ਆ ਪੈਸੇ ਨਹੀਂ ਮੈਂ ਲੈਂਦੀ ਮੈਂ ਤਾਂ ਹੋਰ ਵੀ ਗੱਲ ਹੈ ਇਹ ਮੁੰਡੇ ਨਾਲ ਕਿੱਲਾ ਕੁੱਲਾ ਨਹੀਂ ਮਿਲਦਾ ਕਿੱਲਾ ਤਾਂ ਅਸੀਂ ਦੇਤਾ ਚਾਚੇ ਨੂੰ 4 ਲੱਖ ਦਾ ਤੈਨੂੰ 2.5 ਲੱਖ ਰੁਪਇਆ ਮਿਲੂਗਾ ਤੇਰੇ ਪੈਸੇ ਗਿਣੀ ਜਾਂਦੇ ਚੁੱਪ ਕਰਕੇ ਬੈਠੀ ਰਹਿ ਤੇ ਪੈਸੇ ਲੈ ਕੇ ਭਗ ਜੀ ਅੱਛਾ ਕਿੱਲਾ ਤਾਂ ਭਾਈ ਤੁਸੀਂ ਉਹਨਾਂ ਨੂੰ ਦੇਤਾ ਬਾਹਨ ਮੈਂ ਦੇਵਾ ਆ ਤੇ ਭਾਈ ਮੈਨੂੰ ਕਿੱਲਾ ਦੇ ਦਿੰਦੇ ਮੇਰੇ ਪੈਸੇ ਦੀ ਕੀ ਦੋ ਭਾਈ ਜੇ ਹੋਰ ਮੈਂ ਤੁਹਾਨੂੰ ਪੈਸੇ ਹੋਰ ਦੇ ਦਿੰਦੀ ਹੋਰ ਹੈ ਤੂੰ ਤਾਂ ਅੱਜ ਹੀ ਮੋੜ ਗਾਂਦੀ ਸਾਡੇ ਤੂੰ ਤਾਂ 2.5 ਲੱਖ ਚ ਕਿੱਲਾ ਰੱਖਣ ਨੂੰ ਫਿਰਦੀ ਸੀ ਐ ਨਹੀਂ 2.5 ਕਿੱਲੇ ਮਿਲਦੇ ਮੁਲਦੇ ਜਿਵੇਂ ਤੂੰ ਗੱਲਾਂ ਕਰਦੀ ਐ ਪੈਸੇ ਲਾ ਕੇ ਲਿਆ ਬਾਹਨ ਅੱਛਾ ਬਾਹਨ ਉਹਨਾਂ ਨੂੰ ਦੇਤਾ ਤੇ ਬਾਹਨ ਮੈਂ ਦਵਾਇਆ ਤੇ ਬਾਹਨ ਹੁਣ ਗਾਹਾਂ ਗਏ ਨੇ ਉਹਨਾਂ ਨੂੰ ਦੇਤਾ ਉਹਨਾਂ ਕੋਲ ਦਸ ਕੋਈ ਬਾਰੇ ਪੈਸੇ ਸੀ ਮੇਰੇ ਨਾਲੋਂ ਤੇ ਫਿਰ ਤੂੰ ਦੇ ਦੇਂਦੀ ਨਾ ਤੈਨੂੰ ਆਖਿਆ ਸੀ ਵੀ ਲੈ ਭਾਈ 1.5 ਲੱਖ ਰੁਪਏ ਤੂੰ ਫੜਾ ਜਾਂਦੀ ਸਾਡੇ ਆ ਕੇ ਵੀ ਕਿੱਲਾ ਮੈਨੂੰ ਦੇ ਦਿਓ ਚੱਕੋ 1.5 ਲੱਖ ਦੇਣ ਤਾਂ ਤੂੰ ਆਈ ਨਹੀਂ ਫਿਰ ਤੂੰ ਤਾਂ 1.5 ਲੱਖ ਵਿੱਚੇ ਖਾਣ ਨੂੰ ਫਿਰਦੀ ਸਾਡਾ 2.5 ਲੱਖ ਰੁਪਇਆ ਮਿਲੂਗਾ ਆਂਦੀ ਮੇਰੀ ਬੇਬੇ ਪੈਸੇ ਲੈ ਜਾ ਬਾਈ ਪੈਸੇ ਪੁੱਛੇ ਨਹੀਂ ਮੈਂ ਲੈ ਤੇ ਜਾਂਦੀ ਮੈਂ ਨਾ ਤਾਂ ਮੁੰਡੇ ਨਾਲ ਬਾਹਨ ਦੀ ਗੱਲ ਹੋਈ ਆ ਮੈਂ ਤਾਂ ਬਾਹਨ ਲਊਂਗਾ ਉਹ ਤਾਂ ਦੁੱਧ ਰਹਿ ਜਾ ਪੈਸਿਆਂ ਤੋਂ ਵੀ ਜਾ ਕਰੇ ਸੀ ਪੈਸੇ ਵੀ ਨਹੀਂ ਦਿੰਦੇ ਜੇ ਮੈਂ ਚਲ ਰਹੀ ਹਾਂ ਮੈਂ ਤਾਂ ਮੁੰਡੇ ਨਾਲ ਗੱਲ ਹੈ ਤੇਰੇ ਨਾਲ ਤਾਂ ਮੇਰੀ ਗੱਲ ਹੀ ਨਹੀਂ ਪਰ ਮੇਰੇ ਕੋਲ ਲੈਣ ਕੀ ਬੈਠੀ ਹੈ ਮੈਂ ਕਿਤੇ ਟਿੰਡ ਮੈਂ ਤੇਰੀ ਮਾਂ ਕੋਲ ਤੇ ਮੁੰਡਾ ਹਾਂ ਮੁੰਡਾ ਕੋਲ ਆਈ ਤੇ ਤੇਰੀ ਮਾਂ ਕੋਲ ਆਈ ਸੀ ਉਹ ਹੋਈ ਸੀ ਅਗਰ ਉਹ ਪੈਸੇ ਗਿਣੀ ਜਾਂਦੇ ਦੇ ਲੈਣਗੇ ਹੁਣ ਨਾ ਪੈਸੇ ਮੈਂ ਲੈ ਕੇ ਜਾਣਾ ਲੈ ਕੇ ਜਾ ਗੱਲ ਤੇਰੇ ਨਾਲ ਪੈਸਿਆਂ ਦੇ ਪੈਸੇ ਲਿਆ ਨੇ ਲਈਆਂ ਤੇ ਨਹੀਂ ਤੁਰਦੀ ਲੱਗ ਇੱਥੋਂ ਕੋਈ ਨਾ ਤੁਰਦੀ ਲੱਗ ਚੱਲ ਕੋਈ ਨਾ ਜਮਾ ਨਾ ਲਿਆ ਹਾਂ ਮੈਂ ਜੇਣ ਵੀ ਨਹੀਂ ਹੁੰਦਾ ਪਹਿਲਾਂ ਸਾਡਾ ਇਰਾਦਾ ਸੀ ਅਸੀਂ ਆਉਂਦੀਆਂ ਸੀ ਚੱਚ ਨੂੰ ਆਦੋਂ ਨੇ ਜਿਹੜਾ ਪੈਸੇ ਨੂੰ ਹਾਂ ਕਰਨੇ ਘਰੇ ਆਈਆਂ ਹੁਣ ਫੜ ਕੇ ਲਿਆ ਤੇ ਜੇ ਨਹੀਂ ਲੈਣੇ ਨਾ ਤੇ ਤੁਰਦੀ ਲੱਗ ਚੱਲ ਤੁਰਦੀ ਲੱਗੂਗੀ ਮੈਂ ਤਾਂ ਬਾਹਰ ਲਾਉਂਗੀ ਜੇ ਲਾਉਂਗੀ ਮੈਂ ਤਾਂ ਜਮਾ ਨਹੀਂ ਲੈਂਦੀ ਪੈਸੇ ਜਮਾ ਨਾ ਲੈ ਚੱਲ ਭੱਜ ਜਾ ਜਿੱਧਰ ਗਿਆ ਬਾਣੀਆਂ ਉਧਰ ਹੀ ਜਾ ਬਾਜ਼ਾਰ ਜਿਵੇਂ ਕਹਿੰਦੇ ਹੁੰਦੇ ਆ ਪੈਸੇ ਵੀ ਨਹੀਂ ਮਿਲਦੇ ਫਿਰ ਪੈਸਿਆਂ ਤੋਂ ਵੀ ਗਈ ਹੁਣ ਆ ਦੇਖ ਲੈ ਬੇਬੇ ਪਤਾ ਨਹੀਂ ਕਿਹਨੂੰ ਭਜਾਤਾ ਕਿਹਦੇ ਨਾਲ ਲੜਤੀ ਕੋਈ ਗੱਲ ਨਹੀਂ ਕਰਨ ਦਿੰਦੀ ਜੇ ਮਾੜੇ ਮਾਪੇ ਪੈਸੇ ਗੇਣ ਲੱਗੇ ਤਾਂ ਕਰੇਸ ਪਾ ਲਿਆ ਕਿਹਦੇ ਨਾਲ ਪਤਾ ਨਹੀਂ
ਹੁਣ ਕਿਹਦੇ ਨਾਲ ਲੜੀ ਜਾਂਦੇ ਆ? ਜਿਵੇਂ ਕਿਹਦੇ ਨਾਲ ਲੜਨਾ ਸੀ, ਤਾਈ ਆਈ ਸੀ, ਤਾਈ ਨੇ ਮੈਂ ਕਿਹਾ ਪੈਸੇ ਗਿਣੀ ਜਾਂਦੇ ਤੇ ਤੂੰ 2.5 ਲੱਖ ਰੁਪਇਆ ਲੈ ਜਾ ਫੜ ਕੇ। ਹੁਣ ਜਦੋਂ ਘਰੋਂ ਆ ਗਈ ਕਹਿੰਦੀ ਮੈਂ ਨੀ ਪੈਸੇ ਪੁੱਛੇ ਲੈਣੀ, ਮੈਂ ਤਾਂ ਕਿੱਲਾ ਬਾਣ ਵੀ ਲਊ। ਇਹਨੂੰ ਪੈਸਿਆਂ ਦੀ ਗੱਲ ਸ਼ਹਿਣ ਦੀ ਲੋੜ ਹੀ ਨਹੀਂ ਸੀ, ਉਹ ਬੈਠੀ ਸੀ, ਬੈਠੀ ਰਹਿਣ ਦਿੰਦੇ ਅਸੀਂ ਮਾਂ ਪੁੱਤ ਆ ਕੇ ਪੈਸੇ ਫੜਾਉਣ ਦੇ। ਉਹ ਉਹਨਾਂ ਦੇ ਘਰੇ ਨੀਵੇਂ ਹੋ ਕੇ ਜਾਵਾਂਗੇ, ਕਿੱਥੋਂ ਘਰੇ ਆਈ ਸੀ? ਨੀਵੇਂ ਹੋਣ ਦੀ ਕਿਹੜੀ ਗੱਲ ਆ? ਕੋਈ ਨੀ, ਮੈਂ ਤਾਂ ਪੈਸੇ ਲੈਂਦੀ ਨੀ, ਮੈਂ ਤਾਂ ਕਿੱਲਾ ਲਊਂਗੀ। ਮੈਂ ਆਪਾਂ ਤਾਂ ਪੈਸੇ ਹੀ ਨੀ ਦਿੰਦੇ ਫਿਰਦੀ ਰੇ, ਹੋਰ ਪੈਸੇ ਨਹੀਂ ਦਿੰਦੇ ਨਾ, ਤਾਂ ਉਧਰ ਬਾਹਣ ਗਾਲ ਤਾਂ ਨਾ ਪੈਸੇ ਨਹੀਂ ਦਿੰਦੇ, ਨਾਲ ਫੇਰ ਹੋ ਸਿਆਪਾ ਰਹੋ ਇਹਦਾ ਲੜਾਈ ਦਾ। ਤੇ ਫਿਰ ਮੈਂ ਕਿਹੜਾ ਉਹਨੂੰ ਆਖਿਆ ਸੀ ਵੀ ਮੈਂ ਲੈ ਕੇ ਜਾ? ਤਾਈ ਰੱਖ ਗਿਣਕੇ ਲੈ ਤਾਈ ਆਈ ਸੀ, ਮੈਂ ਉਹਨੂੰ ਆਖਿਆ ਸੀ ਉਹ ਲੜਾਈ ਲੈ ਹੀ ਲੈ ਕੇ ਲੈ ਆਇਆ। ਕਹਿੰਦੀ ਮੈਂ ਤਾਂ ਪੈਸੇ ਲੈਂਦੀ ਨੀ, ਮੇਰੀ ਤਾਂ ਮੁੰਡੇ ਨਾਲ ਕਿੱਲੇ ਦੀ ਗੱਲ ਹੋਈ ਆ, ਜ਼ਮੀਨ ਦੀ ਜ਼ਮੀਨ ਹੀ ਲਊਗੀ। ਮੈਂ ਸਾਨੂੰ ਕੀ ਕਿਹਾ ਸੀ ਵੀ ਪੈਸੇ ਨਹੀਂ ਲੈਂਦੀ ਉਹ, ਤੁਸੀਂ ਕਿਉਂ ਮੰਨੀ ਹੋ ਫਿਰ? ਅੰਗੇ ਤਾਂ ਛੇੜੇ ਨਾ, ਅਸੀਂ ਤਾਂ 2.5 ਲੱਖ ਰੁਪਇਆ ਦੇਵਾਂਗੇ, ਉਹ ਆਦੇ ਬਾਹਰ ਚ ਸੁੱਟ ਕੇ ਆਉਣਾ ਪਵੇ ਉਹ ਫੜਾ। ਬਾਹਰ ਚ ਕਿਵੇਂ ਸੁੱਟਾਂਗੇ ਇਹ ਪੈਸਿਆਂ ਦਾ ਕੰਮ? ਸਿੱਟੀ ਤਾਂ ਥੋੜਾ ਉਹਨੂੰ ਫੜਾਉਣਾ ਪੈਣਾ। ਜਾਂ ਯਾਰ ਕੱਢ ਵੀ ਲਊ, ਮੈਨੂੰ 2 ਲੱਖ ਹੀ ਦਿਓ ਫਿਰ। ਬੇਬੇ ਜਾਂ ਵਗ ਜਾ ਜੇ ਨਾ ਬੇਬੇ, ਕੀ ਜਾਣਾ ਇਹ ਤਾਂ ਆਪਾਂ ਅੰਦਰ ਪੈਸੇ ਗਿਣਨ ਬਹਿ ਕੇ ਮਾਂ ਪੁੱਤ ਉੱਤਰ ਤਾਈ ਆਈ ਸੀ ਇੱਥੇ ਬੈਠੀ ਨੇ ਲੜਤੀ ਲੈ ਕੀ ਕਰ ਜਿਹੜਾ ਨਾ ਘਰੇ ਆਈ ਸੀ ਪੈਸੇ ਪੈਸੇ ਫੜਾਉਣ ਦੇ ਪੈਸੇ ਫੜ ਲੈ ਤੂੰ ਫੜਾਈ ਉੱਥੇ ਫਿਰ ਮੇਰੀ ਲੜਾਈ ਹੋ ਜੂ ਉਹਦੇ ਨਾਲ। ਜੇ ਉਹਨੇ ਨਾ ਫੜੇ ਮੈਂ ਤੇਰੇ ਨਾਲ ਬਗ ਚੱਲੀ ਕਹਿਨੀ ਤੇ ਨਹੀਂ ਪਵਾਂ ਤੂੰ ਕੱਲੀ ਜਾ ਕੇ ਦਿਆ ਫਿਰ ਨਾਲ ਹੀ ਚੱਲ ਆ ਜਾ ਚੱਲ ਹਾਂ ਨਾਲ ਹੀ ਜਾ ਹੁਣ ਫਿਰ ਲੈ ਕੇ ਵੀ ਗਈ ਆ ਜਦੋਂ ਆਖਾਂ ਜੀ ਮੈਂ 2.5 ਲੱਖ ਰੁਪਇਆ ਤੇਰਾ ਘਰੇ ਆਇਆ ਪਿਆ ਗਿਣੀ ਜਾਂਦੇ ਤਾਈ ਬਹਿ ਜਾ ਲੈ ਜੀ ਤਾਈ ਕਹਿੰਦੀ ਮੈਂ ਨੀ ਪੈਸੇ ਪੁੱਛੇ ਲੈਂਦੀ ਮੇਰੇ ਪਾਪਾ ਹੋਣ ਦੀ ਗੱਲ ਹੋਈ ਆ ਪੈਸੇ ਲੈਂਦੀ ਨਹੀਂ ਹੋ ਜਾ ਜ਼ਮੀਨ ਦੀ ਗੱਲ ਕਰੀ ਸੀ ਜਿੱਦੇ ਉਹਨੇ ਜ਼ਮੀਨ ਦਵਾਈ ਤੈਨੂੰ ਕਿੱਲਾ ਕਹਿਣੀ ਦੇਵਾਂਗੇ ਨਾ ਨਾ ਉਦੋਂ ਜ਼ਮੀਨ ਵਾਲੇ ਦਿਨ ਨਹੀਂ ਹੋਈ ਜਿੱਦੇ ਇੱਥੇ ਗੱਲ ਮੈਂ ਤੈਨੂੰ ਦੱਸਾਂ ਲਈ ਉਦੋਂ ਆਪਾਂ ਇੱਥੇ ਕੁੱਟੇ ਮਾਰੀ ਹਾਂ ਦਾਵਾ ਕਰਨ ਜਾਂਦੀ ਸੀ ਮੁੰਡੇ ਨਾਲ ਗੱਲ ਹੋਈ ਸੀ ਉਦੋਂ ਤਾਂ ਕੁਛ ਮਰਜ਼ੀ ਗੱਲ ਹੋ ਗਈ ਤੂੰ ਉਹਨੂੰ ਐਂ ਗੱਲ ਕਰ ਵੀ ਜਿੱਦੇ ਭੈਣੇ ਤੇਰੇ ਨਾਲ ਗੱਲ ਹੋਈ ਸੀ ਵੀ ਭਾਈ ਤੈਨੂੰ ਪੈਸੇ ਦੇਵਾਂਗੇ 2.5 ਲੱਖ ਰੁਪਇਆ ਦੇਵਾਂਗੇ ਤੇਰੇ ਨਾਲ 2.5 ਲੱਖ ਦੀ ਗੱਲ ਹੋਈ ਤੇਰੇ ਨਾਲ ਜ਼ਮੀਨ ਦੀ ਤਾਂ ਗੱਲ ਹੀ ਨਹੀਂ ਹੋਈ ਇਹ ਤਾਂ 2.5 ਲੱਖ ਰੁਪਇਆ ਦੇਵਾਂਗੇ ਆ ਜਾ ਓਹੋ 2.5 ਲੱਖ ਦੀ ਕਿਹਨੇ ਗੱਲ ਹੋਈ ਸੀ ਇਹਦੀ ਫਿਰ ਹੁਣ ਪੈਸੇ ਦੇਣਦੇ ਆਪਾਂ ਉਹਦੇ ਤੂੰ ਤਾਂ ਨਾ ਲੜਦੀ ਉਹਦੇ ਨਾਲ ਓਏ ਆ ਜਾ ਚੁੱਪ ਕਰ ਜਾ ਹੁਣ ਬੋਲ ਨਾ ਆ ਜਾ ਭੱਜਾ ਕਾਹਦੀ ਗੱਲ ਹੈ ਇਹ ਵੀ ਲੜਾਈ ਨੂੰ ਸ਼ਾਕਰ ਰਹਿੰਦੇ ਸਾਰਿਆਂ ਨੇ ਲੜਾਈ ਭਾਲਦੀ ਹੈ ਕੋਈ ਨੀ ਲੜਾਈ ਭਾਲਦੀ ਤਾਈ ਨਾ ਬੋਲਦੀ ਮੈਂ ਕਿਹੜਾ ਤਾਈ ਨੂੰ ਆਖਿਆ ਸੀ ਵੀ ਭਾਈ 2.5 ਲੱਖ ਦਿੰਦੇ ਨੀ ਮੈਂ ਤਾਈ ਆਖਿਆ ਵੀ 2.5 ਲੱਖ ਲੈ ਜਾ ਆਪੇ ਫੜਾਨੀ ਹੁਣ ਤੂੰ ਮੈਂ ਨੀ ਬਾਹਲਾ ਬੋਲਦੀ ਹੈਗੀ ਇੱਕ ਨੰਦਰ ਤਾਈ ਪਹਿਲਾਂ ਦੇਖ ਤਾਂ ਲੈ ਉਹ ਬੈਠੀ ਹੈ ਤੇਰੀ ਤਾਈ ਤਾਂ ਦਾਲ ਚੀਰੀ ਜਾਂਦੀ ਆ ਜਾ ਕਿਵੇਂ ਭੈਣ ਚੀਰਲੀ ਦਾਲ ਸਬਜ਼ੀ ਹਾਂ ਠੀਕ ਆ ਭੈਣ ਬਹਿ ਜਾ ਬੈਠੀ ਹਾਂ ਚੀਰੀ ਜਾਂਦੀ ਆ ਭੈਣ ਅਸੀਂ ਅੰਗਰੇਜ਼ ਆ ਜਵਾਕ ਲਿਆਏ ਸੀ ਹਾਂ ਚੱਲ ਵਧੀਆ ਹੋ ਗਿਆ ਹੋਰ ਮੈਂ ਕਿਹਾ ਚੱਲ ਆਲੂਆਂ ਚ ਪਾ ਲਾਂਗੇ ਫਿਰ ਮਾਰੀ ਜਿਹੜਾ ਕੰਮ ਆਇਆ ਉਹਦਾ ਕੰਮ ਨਮੇਰ ਨਹੀਂ ਕੋਈ ਨਾ ਖੜ ਜਾ ਮਾੜਾ ਜਰਾਨ ਕਰ ਲਾ ਮਾੜੀ ਮੋਟੀ ਕਿਉਂ ਨੀ ਤੇਰੇ ਚ ਸਾਡਾ ਜਾ ਪੁੱਛਣਾ ਪਹਿਲਾਂ ਮੈਂ ਤੁਹਾਡੇ ਘਰੇ ਗਈ ਸੀ ਤਾਂ ਉੱਥੇ ਮੇਰੇ ਨਾਲ ਲੜ ਪਈ ਨਿਕਲੇ ਤਾਂ ਇਹ ਕਰ ਦਿਓ ਕਾਹੇ ਕਰ ਦਿਓ ਸਾਰਾ ਨਹੀਂ ਕਰ ਦੀ ਕਿਸੇ ਗੱਲ ਦਾ ਘਰੇ ਆ ਗਈ ਪੈਸੇ ਫੜ ਕੇ ਲੈ ਜਾਈ ਆਖਾਂ ਜ਼ੋਰ ਕੇ ਆਖਾਂ ਸੀ ਘਰੇ ਆਇਆ ਕੋਈ ਨਹੀਂ ਆ ਨਾ ਨਾ ਘਰੇ ਚੀਜ਼ ਮੰਨਦਾ ਨਾ ਫੜਾ ਕੇ ਜਾਣੀ ਪੈਂਦੀ ਜਿਵੇਂ ਕੋਈ ਚੀਜ਼ ਲਈ ਹੁੰਦੀ ਆ ਨਾ ਕੀ ਹਾਰ ਪਾਈ ਕਿਉਂ ਲਿਆ ਤੇਰੇ ਮੰਨਦਾ ਨਾ ਫੜ ਜਾ ਕੋ ਗੱਲ ਤਾਂ ਕਰ ਲੈਂਦੇ ਕਰ ਲੈ ਫਿਰ ਨਾ ਭਾਈ ਮੈਂ ਤਾਂ ਪੈਸੇ ਭਾਈ ਫੜਦੀ ਨਹੀਂ ਭਾਈ ਤੁਸੀਂ ਪੈਸੇ ਦੇਣ ਆਈ ਆਉਂਦੀਆਂ ਨਾ ਭਾਈ ਮੈਂ ਤਾਂ ਨਹੀਂ ਭਾਈ ਪੈਸੇ ਫੜਦੀ ਮੇਰੇ ਤਾਂ ਬਹਨ ਦੀ ਗੱਲ ਹੋਈ ਆ ਮੁੰਡੇ ਨਾਲ ਕਿੱਲੇ ਦੀ ਮੈਂ ਤਾਂ ਭਾਈ ਜ਼ਮੀਨ ਲਊਂਗੀ ਨਹੀਂ ਭੈਣੇ ਕਾਹਦੀ ਲੈਣੀ ਜ਼ਮੀਨ ਕਾਹਨੂੰ ਲੜਾਈਆਂ ਕਰਦੀ ਆ ਤੂੰ ਤੇਰੇ ਨਾਲ ਪੈਸਿਆਂ ਦੀ ਪਹਿਲਾਂ ਗੱਲ ਹੋਈ ਸੀ 2.5 ਲੱਖ ਦੀ 2.5 ਲੱਖ ਰੁਪਇਆ ਆਸੇ ਤੂੰ ਫੜ ਐਵੇਂ ਕਿਉਂ ਲੜਾਈਆਂ ਬਣਾਈ ਜਾਂਦੀ ਪੈਸੇ ਫੜ ਲੈ ਨੀ ਕਰਦਾ ਮੇਰੇ ਕੋਲ ਦੇਖ ਤਾਈ ਕਰ ਰਿਹਾ ਤਾਂ ਪੈਸੇ ਫੜਨੇ ਨਾ ਫੜਨੇ
ਨਾ ਭਾਈ ਕੰਨ ਚੀਰ ਦੂ ਤੇਰਾ ਮੈਂ ਤੈਨੂੰ ਦੱਸ ਕਰ ਦੇਣਾ ਸੋਚੇ ਕਿ ਨਹੀਂ ਦੇਖ ਕੇ ਨਾ ਪੈਸੇ ਫੜਾ ਪਰ ਮੈਨੂੰ ਮੁੰਡੇ ਦੇ ਮੂੰਹ ਕੰਨੀ ਦੇਖ ਕੇ ਨਾ ਪੈਸੇ ਸਾਹਮਣੇ ਪਾਉਣਗੇ ਵੀ ਤੈਨੂੰ ਜਿਹੜਾ ਡਿਮਾਂਡ ਮੱਥੇ ਵੀ ਕੋਈ ਨਹੀਂ ਰੱਖ ਦਿੰਦਾ ਚੰਬਰ ਜਾ ਕੇ ਘਰੇ ਦਾ ਤੁਸੀਂ ਮੇਰੇ ਘਰੇ ਆ ਕੇ ਧੱਕਾ ਕਰ ਦਿਓਗੇ ਤੂੰ ਘਰੇ ਆ ਕੇ ਕਰਦੀ ਆ ਤੇ ਫਿਰ ਤੇਰੇ ਮੰਗਰ ਲੱਗਦੇ ਨੇ ਸੱਦਣਾ ਕਿਸੇ ਨੂੰ ਮਾਰਨਾ ਬੋਲ ਤੈਨੂੰ ਬਚਾਉਂਦੇ ਅੱਛਾ ਦੇ ਲਾਲਚ ਚਾਈ ਦੇਖ ਲੈ ਆਪਦੀ ਜਾਨ ਕਮਾ ਲੇਗੀ ਪਰਮਾਤਮਾ ਨੇ ਚੱਲ ਮੈਂ ਤਾਂ ਵਧੀਆ ਹੱਕ ਦੀ ਕਮਾਈ ਸੀ ਮੈਨੂੰ ਫੜਾ ਦੀਆਂ ਜੇ ਮੈਨੂੰ ਇੰਨੇ ਵੀ ਨਾ ਦੇ ਕੇ ਜਾਂਦੀਆਂ ਫਿਰ ਕਿਹੜਾ ਮੇਰਾ ਜੋਰ ਸੀ ਮੈਂ ਤਾਂ ਕਿੱਡੇ ਦੀ ਮਾਗਰ ਤੁਰੀ ਫਿਰਦੀ ਸੀ ਕਿਉਂਕਿ ਮੈਂ ਤਾਂ ਉਹਦੇ ਜੋੜੇ ਵੀ ਘਸਾਰੇ ਸੀ ਘਰੇ ਗੇੜੇ ਮਾਰ ਮਾਰ ਕੇ ਚਲੋ ਮੈਨੂੰ ਤਾਂ ਇਹੀ ਮੈਂ ਤਾਂ ਚੰਗੇ ਕੰਮ ਤੇ ਲੱਗ ਜਾਣ ਪਰਮਾਤਮਾ ਦੇ ਹੁਕਮ ਨਾਲ ਤੇ ਚੱਲ ਇਹੀ ਹੋ ਜੇ ਮੇਰਾ ਤਾਂ ਹਜੇ ਜੇ ਡਰਾ ਡਰਾ ਕੇ ਮੈਂ ਕਰਨ ਕਿਹੜੇ ਕਰਦਾ ਚੱਕੇ ਨੂੰ ਤਾਂ ਆਪ ਕੰਚੀਆਂ ਚੱਕੇ ਘਰੇ ਆ ਕੇ ਵੀ ਦੇਖ ਲੜਾਈਆਂ ਕਰਦੀਆਂ ਘਰੇ ਉੱਥੇ ਗਏ ਤਾਂ ਲੜਾਈਆਂ ਕਰਨੀਆਂ ਕਰਨੀਆਂ ਚੁੰਬੜ ਗਈਆਂ ਬੁਰੇ ਹਾਲ ਕਰ ਗਈਆਂ ਸੱਟਾਂ ਫੇਟਾਂ ਮਾਰੀਆਂ ਕੀ ਕੋਈ ਕਰੂਗਾ ਭੈਣੇ ਚੱਲ ਸਾਂਭ ਕੇ ਆਵਾਂ ਨਾਲੇ ਘਰੇ ਮੇਰੇ ਜਵਾਕ ਲੜਦੇ ਸੀ ਕਿ ਤੂੰ ਕਿੱਡੇ ਦਾ ਵਾਹਨ ਦਵਾਇਆ ਤੈਨੂੰ ਪੈਸੇ ਨੀ ਦਿੰਦੇ ਜੇ ਨਾ ਤਾਂ ਮੈਂ ਉਹਨਾਂ ਤੋਂ ਛਿੱਤਰ ਖਾਂਦੀ ਸੀ ਨਾਲੇ ਮੈਂ ਜਵਾਕਾਂ ਤੋਂ ਘਰੇ ਛਿੱਤਰ ਖਾਂਦੀ ਸੀ ਸਾਂਭ ਕੇ ਆਵਾਂ।
ਇੱਥੇ ਜੀ ਰੱਖ ਲਿਆ ਟਰੰਕ ਜੇ ਚ, ਫਿਰ ਲੱਗ ਗਈ ਜਿੰਦਾ ਤਾਂ ਕਿਹੜਾ ਇੱਥੇ ਧਰ ਦਿਆ। ਚਲੋ ਅੱਜ ਮੈਨੂੰ ਤਾਂ ਕਹਿ ਰਹਾ ਉਲਟਾ ਮੈਨੂੰ ਆਏ ਜੀ ਅੱਜ ਨੀਂਦ ਆ ਜੂ ਵਧੀਆ, ਵੀ ਚੱਲ ਮੇਰੇ ਪੈਸੇ ਤਾਂ ਆ ਗਏ, ਕਿੱਥੇ ਮੈਨੂੰ ਤਾਂ ਆਏ ਸੀ ਵੀ ਕਿਤੇ ਮੇਰੇ ਤਾਂ ਜਮੀ ਨਾ ਮੁੱਕਰ ਜਾਣ। ਚੱਲ ਅੱਜ ਤਾਂ ਮੇਰਾ ਦਿਮਾਗ ਜਾ ਸਹੀ ਹੋ ਗਿਆ ਵਧੀਆ, ਫੜਾ ਦੀਆਂ ਪੈਸੇ ਬਾਹਰ ਡਾ ਦਿਆ। ਮੈਂ ਤਾਂ ਬਾਹਰ ਵੀ ਖੁੱਲਾ ਹੀ ਛੱਡਤਾ, ਮੈਂ ਤਾਂ ਆਈ ਵਗ ਜਾਂਦੀ ਹਾਂ ਬਾਹਰ ਅੰਦਰ ਛੱਡ ਕੇ ਬਾਹਰ। ਚੱਲ ਬਾਹਰ ਡਾ ਤਾ, ਹੁਣ ਮੇਰੀ ਸੋਚ ਮਿਟ ਗਈ। ਕੁੰਜੀ ਜਿੰਦਾ ਤਾਂ ਜਿੰਦਾ ਵੀ ਲਾ ਹੀ ਦੇਵਾਂ। ਤੁਸੀਂ ਕੁੱਟ ਕੇ ਵੀ ਖੀਰ ਖਵਾਈ ਦੀ ਹੈ, ਤੁਸੀਂ ਪੈਸੇ ਮੋੜ ਕੇ ਲਿਆਉਣੇ ਸੀਗੇ, ਕਾਹਨੂੰ ਪੈਸੇ ਫੜਾ ਕੇ ਆਈਏ? ਆਪਣੇ ਕਮਲਾ ਹੋਊਗਾ, ਪਹਿਲਾਂ ਤਾਂ ਆਪਣੇ ਦੇਖ ਲੈ ਖੁਰਵੜ ਕਰਦੀ ਸੀ ਘਰੇ, ਇੱਥੇ ਰੋਜ਼ ਆਉਂਦੀ ਸੀਗੀ, ਤੇ ਅੱਜ ਉਹਦੇ ਪੈਸੇ ਦੇਣੇ ਆ, ਪੈਸੇ ਫੜੇ ਨਾ, ਉਹ ਜਮੀਨ ਮੂਰਖਾ ਵਾਲਾ ਦਾ। ਮੂਰਖ ਤਾਂ ਹੈਗੀ ਭਾਈ, ਮੂਰਖ ਨਹੀਂ, ਜਮੀਨ ਤਾਂ ਮੈਂ ਦਵਾਈ ਆ, ਦੇਤੀ ਕਹਿਣੀ ਉਹਨਾਂ ਨੂੰ, ਆਹ ਕਹਿੰਦੀ ਤੇਰੇ ਚਾਚਿਆਂ ਨੂੰ। ਬੇਬੇ ਨੇ ਉਹ ਕਿਹਾ ਸੀਗਾ ਵੀ ਅਸੀਂ ਕਿਹੜਾ ਕਾਂਗਲੇ ਆ, ਉਹ 1.5 ਲੱਖ ਦਾ ਹੋਰ ਫਾਇਦਾ ਖਾਣਾ ਚਾਹੁੰਦੀ ਸੀ, ਇਹ 2.5 ਲੱਖ ਦੀ ਇਹਨੇ ਕਿੱਲਾ ਵਾਲਾ ਸੀ। ਉਹਨੇ ਆਪਣੇ ਘਰੇ ਆਈ ਕਹਿੰਦੀ 1.5 ਲੱਖ ਤੁਹਾਨੂੰ ਮੈਂ ਦੇ ਦੇਣੀ, ਮੈਂ ਫਿਰ ਤੂੰ ਲੈ ਕੇ ਨਹੀਂ ਸਾਡੇ ਕੋਲ ਵਿਆਹ ਚੱਕੋ, 1.5 ਲੱਖ ਪਈ ਕਿੱਲਾ ਮੈਨੂੰ ਦੇ ਦਿਓ। ਮੈਂ ਕਿਹਾ ਭਾਈ ਨਹੀਂ, ਹਾਂ ਕਹਿ ਕੇ ਵੀ ਉਹਨੇ ਮੈਨੂੰ ਕਿਹੜੇ ਸੀ ਭਾਈ, ਐਵੇਂ ਕਹਿੰਦੀ ਜਾਵੇਂ ਤਾਂ ਨਾ ਨਾ ਨਾ, ਉਹ ਤਾਂ 1.5 ਲੱਖ ਦਬਦੀ ਸੀ ਉਹ ਆਪਣਾ। ਤੁਸੀਂ ਵਧੀਆ ਕਿਵੇਂ ਵਰਗੀ ਗੱਲ ਨਿਬੜੀ, ਠੰਡ ਹੋਈ ਪੇ ਬੇਬੇ ਦਵਾਈ ਲੈ ਤੂੰ, ਡਾਕਟਰ ਤੋਂ ਦਵਾਈ ਲੈ ਲੈਂਦੇ। ਐ ਕਰ ਨਾਲੇ ਡਾਕਟਰ ਕੋਲ ਜਾ ਕੇ ਆਈ, ਡਾਕਟਰ ਨੇ ਕਿੱਦਾਂ ਕ ਬਿੱਲ ਬਣਾ ਰੱਖਿਆ? ਉਹ ਕੋਈ ਨੀ ਬਿੱਲ ਤਾਂ ਚੱਲ ਜਿਹੜਾ ਬਣ ਗਿਆ ਤਾਂ ਬਣ ਗਿਆ, ਆ ਦੇਖ ਲੈ ਹੁਣ ਜਮਾ ਸ਼ਰੀਰ ਦੀ ਮੂਰਖ ਲਿਖੇ ਜਿਹੜਾ, ਉਹਨੂੰ ਕੋਈ ਨੀ ਮੇਰੇ ਕੋਲ ਕਿਸੇ ਲਾਂਭਾ ਦੇ ਕਿਉਂ ਮੇਰੇ ਕੋਲ ਆਉਂਦੇ, ਉਹ ਮੈਂ ਕਰੂ ਉਹਦੇ ਨਾਲ ਗੱਲ, ਕੋਈ ਗੱਲ ਨਹੀਂ ਤੇਰੀ ਗੱਲ ਹੀ ਰਹੇਗੀ, ਸਾਡਾ ਨੰਬਰ ਵੀ ਉਹਦੇ ਨਾਲ ਲੈ ਦੇਖ ਲੈ। ਉਹ ਤਾਈ ਜਿਹੜਾ ਕੋਈ ਮੂਰਖ ਹੋਊਗਾ, ਕਿੱਦੇ ਦੇ ਮੇਰੇ ਪੈਸੇ ਨਹੀਂ ਦਿੰਦੇ, ਪੈਸੇ ਨਹੀਂ ਦਿੰਦੇ, ਹੁਣ ਉਹ ਪੈਸੇ ਦੇਣ ਕਿੰਨੇ ਮੇਰੀ ਮਾਂ ਤਿਆਰ ਵੀ ਉਹ ਫੜੇ ਨਾਲ ਹੈ। ਉਹ ਕਾਂਗਲ ਜੀ ਤੂੰ ਐਂ ਛੱਡ ਕਿਵੇਂ ਠੱਗੀਆਂ ਮਾਰ ਲਈ, 1.5 ਲੱਖ ਦੀ ਠੱਗੀ ਮਾਰ ਨੂੰ ਫਿਰਦੀ ਸੀ, ਐਂ ਠੱਗੀਆਂ ਨਹੀਂ ਵੱਜਦੀਆਂ ਜਿਹੜੀਆਂ ਵੱਜ ਗਈਆਂ ਪਹਿਲਾਂ ਵੱਜ ਗਈਆਂ। ਪਹਿਲਾਂ ਡਾਕਟਰ ਦੇ ਬਿੱਲ ਦੇ ਨਿਮੇੜ ਕੇ ਆਇਆ, ਤਾਈ ਫੇਰ ਆਉਂਦੀ ਆ ਮੂਹਰੇ, ਤਾਈ ਤਾਂ ਭਾਈ ਆਉਣਾ ਹੀ ਹੈ, ਕਿਹੜਾ ਤਾਈ ਨਾਲ ਭਾਈ ਕੋਈ ਠੱਗੀਆਂ ਕਰੀ ਜਾਂਦੇ ਹੋਗੇ ਤੁਸੀਂ ਗੱਲ ਗੱਲ ਤੇ। ਉਹ ਤਾਈ ਠੱਗੀਆਂ ਹੋਰ ਭਾਈ, ਠੱਗੀਆਂ ਨਹੀਂ, ਹੁਣ ਪੈਸੇ ਕਿੰਨੇ ਸੀ ਮੇਰੇ ਤੁਸੀਂ ਦੇਣੇ? ਅਸੀਂ ਤੇਰਾ 2.5 ਲੱਖ ਦੇਣਾ ਸੀਗਾ, ਤੇ ਦੇ ਕੇ ਆ ਮੈਨੂੰ ਭਾਈ 2 ਲੱਖ ਰੁਪਈਆ। ਤਾਈ ਤੂੰ ਆ ਕੀ ਗੱਲਾਂ ਕਰਦੀ ਹੈ, ਉਹ 4 ਲੱਖ ਮੈਂ ਪਸਾਖਾ ਸੁੱਕ ਲਿਆਇਆ ਸੀਗਾ, ਦੂਰ ਮੈਂ ਕੱਢ ਲਿਆ, 2.5 ਉਹਨੇ ਮੇਰੀ ਮਾਂ ਨੂੰ ਫੜਾਇਆ, 2.5 ਤੈਨੂੰ ਫੜਾ ਕੇ ਆਇਆ। ਭਾਈ ਮੈਨੂੰ ਤਾਂ ਦੇ ਕੇ ਆਈਆਂ ਨੇ ਕਮਲੀ ਨੇ, ਜਿਵੇਂ ਮੈਂ ਨਾ ਕਿਤੇ ਮੈਨੂੰ ਡਰਾ ਕੇ ਫੜਾ ਕੇ ਆਈਆਂ ਨੇ, ਮੈਨੂੰ ਕਹਿੰਦੀਆਂ ਕਿ ਉਹ ਇੱਕ ਨੇ ਤਾਂ ਕੈਂਚੀ ਚੱਕ ਲਈ ਤੇ ਇੱਕ ਨੇ ਕੱਦ ਚੱਕ ਲਈ, ਤੇ ਮੈਂ ਤਾਂ ਡਰਾ ਕੇ ਤੇ ਮੈਂ ਤਾਂ ਉਹ ਨਹੀਂ ਫੜ ਲਿਆ, ਕਦੇ ਮੈਨੂੰ ਡਰਾਉਣ ਲੱਗ ਗਈਆਂ, ਮੈਂ ਆਖਿਆ ਕੀ ਪਤਾ ਇਹਨਾਂ ਦਾ ਮੈਨੂੰ ਕੁੱਟਣ ਪੈਣਾ। ਤੂੰ ਕਿਹੜੀਆਂ ਗੱਲਾਂ ਕਰਦੀ ਹੈ,
ਢਾਈ ਲੱਖ ਮੈਂ ਗਿਣ ਕੇ ਦਿੱਤਾ, ਢਾਈ ਲੱਖ ਤੇਰਾ ਦੇਣਾ ਸੀ, ਜੇ ਤੂੰ ਪੈਸੇ ਫੜਦੀ ਨੀ ਸੀ ਤਾਂ ਤੈਨੂੰ ਡਰਾਇਆ ਸੀ ਉਹਨਾਂ ਨੇ। ਨਹੀਂ ਭਾਈ, ਪੈਸੇ ਘਰ ਨੂੰ ਡਰਾ ਕੇ ਜਾਣ ਕੇ ਫੜਾ ਕੇ ਆਈਆਂ ਨੇ, ਜੇ ਤਾਂ ਹੁਣ ਮੈਨੂੰ ਕੋਈ ਸੋਲਾ ਸਵਾਈ ਨਾ ਫੜਾ ਕੇ ਆਉਂਦੀਆਂ ਫਿਰ ਤਾਂ ਮੈਂ ਉਹਦੀ ਗਿਣ ਲੈਂਦੀ, ਤੇ ਮੈਂ ਤਾਂ ਗਿਣੇ ਨੀ। ਹੁਣ ਮੈਂ ਕਦੇ ਕਿਤੇ ਪੰਚਰ ਦੇਣੇ ਸੀ ਤੇ ਉਹ ਘੱਟ ਗਿਆ ਭਾਈ 50,000 ਰੁਪਇਆ, ਉਹ ਤਾਂ ਦੋ ਹੀ ਨਿਬੜਿਆ ਗਾ। ਉਹ ਤਾਈ, ਐਡਾ ਵੱਡਾ ਝੂਠ ਤੇਰਾ ਨਹੀਂ ਚੱਲਦਾ, ਤੂੰ ਝੂਠ ਬੋਲਦੀ ਆ। ਮੈਨੂੰ ਪਹਿਲਾਂ ਗਿਣ ਕੇ ਦਿੱਤਾ ਵਿਸਾਖੇ ਕਹਿੰਦੇ, ਫਿਰ ਮੈਂ ਆ ਕੇ ਗਿਣੇ ਆ, ਉਹ ਚਾਰ ਚੋਂ ਮੈਂ ਡੇਢ ਕੱਢ ਲਿਆ, ਪਿੱਛੇ ਢਾਈ ਰਹਿ ਗਿਆ। ਭਾਈ ਤਾਂ ਰਹਿ ਗਿਆ ਭਾਈ, ਮੈਨੂੰ ਨੀ ਪਤਾ ਉਹਨਾਂ ਨੇ ਆਪਣੇ ਕੱਢ ਕੁੱਢ ਲਏ ਹੋਣ, ਤੇਰੀ ਬੇਬੇ ਹੋਰੀਆਂ ਨੇ, ਮੈਨੂੰ ਨੀ ਇਹੀ ਗੱਲ ਦਾ ਗਾਹ ਪਤਾ ਵੀ ਕਿੰਨੇ ਕੁਛ ਬਣਿਆਗਾ। ਮੇਰੇ ਕੋਲ ਤਾਂ 2 ਲੱਖ ਰੁਪਇਆ ਗਿਆ ਹੈਗਾ, ਜੇ ਮੈਨੂੰ ਤੂੰ ਬਾਹਣੀ ਦੇ ਦਿੰਦਾ ਗਏ ਨੇ 2.5 ਲੱਖ ਚ, ਫਿਰ 4 ਲੱਖ ਚ। ਤਾਈ ਮੈਂ ਤੇਰੀਆਂ ਗੱਲਾਂ ਸਮਝ ਗਿਆ, ਤੂੰ ਤਾਂ ਸਾਡਾ ਬਾਹਣੀ ਗਹਿਣੇ ਬੋਣਾ ਚਾਹੁੰਦੀ ਸੀ 1 ਕਿੱਲਾ 2.5 ਲੱਖ ਚ। ਆਪਣੀ ਗੱਲੀ ਨੀ ਖੁੱਲੀ, ਉਧਰ ਉਧਰ ਹੀ ਕੋਈ ਗਹਿਣੇ ਦੀ। ਉਹ ਤਾਈ ਚੱਲ ਛੱਡ ਪਰ ਇਹਨਾਂ ਗੱਲਾਂ ਨੂੰ, ਆ ਜਿਹੜਾ ਤੂੰ ਹੁਣ ਦੂਸ਼ਣ ਲਾਉਣੀ ਹੈ, ਇਹ ਦੂਸ਼ਣ ਤੇਰਾ ਚੱਲਦਾ ਨੀ। ਨਾ ਦੂਸ਼ਣ ਜਮਾ ਨੀ, 50,000 ਰੁਪਇਆ ਘੱਟ ਆ ਭਾਈ ਮੇਰੇ ਪੈਸੇ ਦੇ, ਮੈਂ ਦੱਸਾਂ ਗੱਲ, ਮੈਂ ਦੁਬਾਰੇ ਫੇਰ ਆਉਂਗੀ, ਫੇਰ ਆਖਣ ਤੇ ਮੈਨੂੰ ਲੜਾਈਆਂ ਕਰਾਈ ਆ। ਕਿਉਂ ਕਲੇਸ਼ ਕਰਦੀ ਆ, ਮੇਰੀ ਮਾਂ ਨੂੰ ਮੈਂ ਗਿਣ ਕੇ ਦਿੱਤਾ, ਮੇਰੀ ਮਾਂ ਦੇ ਮੈਂ ਮੂੰਹ ਤੇ ਗੱਲ ਕਰਾਂ ਜਾਂ ਜਾਇਆ ਕਿ ਉਹ ਨੀ ਪਤਾ ਭਾਈ ਤੇਰੀ ਮਾਂ ਨੇ ਕੱਢ ਲਏ ਹੋਣ, ਆ ਨੀ ਪਤਾ ਭਾਈ ਤੇਰੀ ਬਹੂ ਨੇ ਕੱਢ ਲਏ ਹੋਣ, ਮੈਨੂੰ ਨੀ ਪਤਾ, ਉਹਨਾਂ ਨੂੰ ਜਾ ਕੇ ਗੱਲ ਕਰ ਭਾਈ, ਪੁੱਛੋ ਉਹਨਾਂ ਨੂੰ। ਤਾਈ ਮੈਨੂੰ ਸੱਚੋ ਪੁੰਡੀ ਤੂੰ ਹੋਰ ਹੀ ਪਾਤਾ, ਪਹਿਲਾਂ ਤਾਂ ਮੈਂ ਤੇਰਾ ਹੁਣ ਨਾ ਡਾਕਟਰ ਦੇ ਬਿੱਲ ਜਿਹੜਾ ਤੇਰੇ ਤੇ ਇਲਾਜ ਤੇ ਹੋਏ ਸੀ ਪੈਸੇ ਲੱਗੇ ਸੀ ਉਹਦਾ ਬਿੱਲ ਹੁਣ ਦੇ ਕੇ ਆਇਆਗਾ। ਆ ਤੂੰ ਹੋਰ ਕਹੀ ਜਾਂਦੇ ਹੁਣ 50,000, ਅਸੀਂ ਇੰਨੇ ਪੈਸੇ ਕਿੱਥੋਂ ਭਾਈ ਕਿਵੇਂ ਤੂੰ ਗਿਆ, ਕਿੰਨੇ ਕੁ ਦੇ ਕੇ ਆਇਆ ਹੁਣ, ਮੈਂ 2 ਦਿੱਤਾ ਹੁਣ 3,000 ਦੇ ਤੂੰ, ਜੇ ਭਾਈ ਮੈਂ ਉੱਥੇ ਕੇਸ ਕਰ ਦਿੰਦੀ ਕਿੰਨੇ ਕੁ ਲਾਉਂਦੇ ਕੁੱਟਾ ਮਾਰੀ ਦਾ। ਉਹ ਤਾਈ ਕਿਹੜੀਆਂ ਗੱਲਾਂ ਕਰਦੇ, ਪੂਰਾ 5,000 ਰੁਪਇਆ ਦੇ ਕੇ ਆਏ ਆ। ਅੱਛਾ ਭਾਈ ਭਾਈ 5 ਨਾਲ ਹੀ ਤੇਰਾ ਖੜਾ ਛੁੱਟ ਗਿਆ, ਉੱਥੇ ਭਾਈ ਵਾਲੀ ਲਾ ਕੇ ਛੁੱਟ ਗਿਆ ਖੜਾ ਤੇਰਾ, ਉੱਥੇ ਪਤੀ ਨੀ ਕਿੰਨੇ ਕੁ ਲੱਗਦੇ, ਲੱਖਾਂ ਦੀ ਗੱਲ ਬਣ ਜਾਂਦੀ। ਸਾਡਾ ਖੜਾ ਛੱਡਣੀ ਹੁਣ ਫੇਰ ਦਿਓ, 50 ਘਟਾਈ ਜਾਨੀ ਹੈ, ਤੂੰ ਸਾਡਾ ਖੜਾ ਛੱਡ ਦੇ, ਮੈਨੂੰ ਪਤੀ ਹੈ। ਮੈਂ ਭਾਈ ਕਿੰਨੇ ਛੱਡਾ, 50 ਖੜਾ ਕੋ ਤੁਸੀਂ ਭਾਈ ਜਮਾਨ ਤੇ ਨਹੀਂ ਉੱਤਰਦੇ ਕਿਸੇ ਵੇਲੇ ਮੇਰੇ ਨਾਲ, ਹਰ ਬਸਤੀ ਤੁਸੀਂ 420 ਕਰੀ ਜਾਂਦੇ ਹੋ ਮੇਰੇ ਨਾਲ। ਭਾਈ 420 ਤਾਂ ਤੂੰ ਕਰਦੀ ਆ, ਕੋਈ ਨੀ ਜਿਹਦੇ ਕੰਮ ਜਾ ਕੇ ਆਉਣਾ ਜਾਇਆ, ਮੇਰੀ ਮਾਂ ਕੋਲ ਮੂੰਹ ਤੇ ਗੱਲ ਕਰਾਉਂਗਾ, ਮੈਂ ਪੈਸੇ ਗਿਣ ਕੇ ਦਿੱਤੇ, ਇਹੀ ਜੀ ਕੋਈ ਗੱਲ ਨਹੀਂ। ਕਰਾ ਦੀ ਭਾਈ ਮੂੰਹ ਤੇ ਆ ਜੂ, ਮੈਂ ਆਈ ਨਹੀਂ ਮੈਂ ਡਰਦੀ, ਜੇ ਇਹਨਾਂ ਨੂੰ ਆਏ ਪਤਾ ਨਹੀਂ ਵੀ ਕਾਹਦੇ ਸੀ ਡਰਾ ਕੇ ਪੈਸੇ ਆਈ ਬਲੇਟ ਕੇ ਫੜਾਏ ਆਈਆਂ, ਵੀ ਫਲੋਰੇ ਨਹੀਂ ਇਹਨੇ ਦੇਖੇ ਨਹੀਂ, ਮੈਂ ਤਾਂ ਮੂੰਹ ਤੇ ਆ ਜੂੰਗੀ। ਤੇ ਫਿਰ ਹੁਣ ਪੈਸੇ ਕਿਹਨੇ ਗਏ, ਤੂੰ ਗਿਣ ਕੇ ਆਈਆਂ ਹੁਣ? ਮੈਂ ਹੁਣ ਭਾਈ ਦੇਣੇ ਸੀ ਕਿਸੇ ਦੇ, ਕਿਤੇ ਮੈਂ ਗਾਹਾਂ ਦੇਣ ਗਈ ਭਾਈ ਪੈਸੇ, ਉਹ ਗਾਹਾਂ 2 ਲੱਖ ਹੀ ਨਿਕਲਿਆ। ਅਗਲੇ ਨੇ ਝੂਠ ਬੋਲਤਾ, ਹੁਣ ਤੂੰ ਚੱਕ ਕੇ ਹੀ ਫੜਾਏ ਸੀ। ਆਈ ਨਹੀਂ ਕਿਸੇ ਝੂਠ ਬੋਲਤਾ, ਮੇਰੇ ਕੋਲੇ ਬੈਠੇ ਤੋਂ ਗਿਣੇ ਨੇ ਅਗਲੇ ਨੇ, ਜੇ ਤਾਂ ਮੈਂ ਨਾ ਕੋਲੇ ਹੋਵਾਂ ਤਾਂ ਤੂੰ ਆਖੇ। ਉਹ ਤਾਈ ਤੇਰੀਆਂ ਇਹ ਗੱਲਾਂ ਚੱਲਦੀਆਂ ਨੇ, ਚੱਲ ਕੋਈ ਨਹੀਂ, ਤੂੰ ਜਿਹਦੇ ਜਾ ਕੇ ਆਉਣਾ ਜਾਇਆ, ਮੇਰੀ ਮਾਂ ਦੇ ਮੂੰਹ ਤੇ ਗੱਲ ਕਰੀਆਂ ਆ ਕੇ, ਐਂ ਨਹੀਂ ਗੱਲ ਉਠਾਉਂਦੀ। ਚੱਲ ਭਾਈ ਮੂੰਹ ਤੇ ਕਰ ਲੂੰ ਮੈਂ ਤਾਂ ਗੱਲ, ਆਏ ਤਾਂ ਮੈਨੂੰ ਕੀ ਕੋਈ ਚੋਰੀ ਆ, ਮੈਂ ਸਾਨੂੰ ਬਾਹਨ ਦਵਾਇਆ, ਮੈਂ ਕਿਹਾ ਸੋ ਤੋ ਉਹ ਫਰੀ ਦੇ ਲਏ ਨੇ। ਕੋਈ ਨਹੀਂ ਕੋਈ ਨਹੀਂ, ਤੂੰ ਆ ਕੇ ਮੁੜ ਕੇ ਗੱਲ ਕਰੀ। ਚੰਗਾ। ਤਾਈ ਨੇ ਯਾਰ ਹੋਰ ਹੀ ਸੱਪ ਕੱਢਤਾ ਲੈ, ਅੱਗੇ 50,000 ਰੁਪਇਆ ਘੱਟ ਆ, ਤੂੰ ਮੇਰੀ ਮਾਂ ਨੇ ਤੇ ਹਰਪ੍ਰੀਤ ਨੇ ਕਿਹੜਾ ਚੰਗੀ ਗੱਲ ਕੀਤੀ ਆ, ਪੈਸੇ ਉਹਨੂੰ ਗਿਣੇ ਨਾ, ਸਿੱਟ ਕੇ ਆਈਆਂ ਨੇ, ਨਾਲੇ ਤਾਂ ਪੈਸੇ ਦਿੱਤੇ ਨਾਲੇ ਸਿੱਟ ਕੇ ਆਈਆਂ ਨੇ, ਹੁਣ ਪਤਾ ਨਹੀਂ ਇਹ ਗੱਲ ਕਿਵੇਂ ਨਿਬੜੂ। ਚੱਲ ਬੇਬੇ ਨੂੰ ਜਾ ਕੇ ਪੁੱਛਦੇ ਆ ਵੀ ਕੀ ਗੱਲ ਸੀ, ਕਿਵੇਂ ਗੱਲ ਹੋਈ। ਲੈ ਅੱਜ ਤਾਂ ਧੁੱਪ ਨਿਕਲੇ ਵਧੀਆ, ਧੁੱਪ ਵੀ ਚੰਗੀ ਲੱਗਦੀ ਆ, ਬਾਰ ਖੋਲ ਰੱਖਿਆ ਵਧੀਆ, ਨਾਲੇ ਕੰਮ ਨਿਬੜ ਗਏ ਸਾਰੇ, ਤੇ ਨਾਲੇ ਦੇਣੇ ਲੈਣੇ ਦੀ ਸੋਚ ਮੁੱਕ ਗਈ ਵਧੀਆ। ਇਹ ਤਾਈ ਦਾ ਦੇਣਾ ਸੀ 2.5 ਲੱਖ ਰੁਪਇਆ, ਵਧੀਆ ਖਿਆਂ ਦਾ ਗਹਿਣਾ ਕਰਕੇ ਦੇਤਾ, ਪਰੇ ਦਿੱਤੇ ਤੋਂ ਖੜਾ ਸੁੱਟ ਗਿਆ, ਸੁਰਖਰੂ ਹੋ ਗਿਆ ਆਪਦੇ ਘਰੇ, ਦੇਣਾ ਨੀ ਲੈਣਾ ਨੀ, ਹੁਣ ਕਿਸੇ ਦਾ ਵਧੀਆ ਹੋ ਗਿਆ, ਜੇ ਨੂੰ ਖਾਵੇ। ਉਹ ਬੇਬੇ ਕੀ ਤੋਂ ਸੁਰਖਰੂ ਹੋ ਗਏ? ਸੁਰਖਰੂ ਭਾਈ ਆਪਾਂ ਹੋ ਗਏ ਤੇਰੀ ਤਾਈ ਤੋਂ। ਮੇਰੀ ਤਾਈ ਤੋਂ? ਹੋਰ ਹੁਣ ਉਹਦੇ ਪੈਸੇ ਦੇਣੇ ਸੀ, ਰੋਜ਼ ਪੱਟ ਕੇ ਕੌਲਾ ਖਾ ਲੈਂਦੀ ਸੀਗੀ, ਬਾਹਰ ਨੀ ਸੀ ਖੋਲਦੇ, ਸਾਰਾ ਦਿਨ ਕਹਿੰਦੇ ਇੱਥੇ ਮੰਜਾ ਰੋਕ ਲੈਂਦੀ ਸੀ, ਕਦੇ ਆ ਕੇ ਕਦੇ ਦੇਣਾ ਰੋਕ ਲੈਂਦੀ ਸੀ, ਪੈਸੇ ਲੈ ਗਏ ਆਪਾਂ ਸੁਰਖਰੂ ਹੋ ਗਏ।
ਉਹ ਤਾਂ ਮੈਨੂੰ ਇੱਥੇ ਟੱਕਰੀ ਸੀ ਹੋਣੀ, ਹੁਣ ਸੁਰਖਰੂ ਕਿੱਥੋਂ ਹੋ ਗਏ? ਕਿਉਂ ਉਧਰ ਪੀ ਆਪਾਂ ਤੋਂ ਤਾਂ ਉੱਤਰ ਦੇਣੀ, ਉਹ ਤਾਂ ਰੌਲੇ ਹੱਥੀ ਹੈ। ਕੱਲ ਜਿਹੜੀ ਤੁਸੀਂ ਗੱਲ ਕਰਕੇ ਆਈਆਂ ਨਾ, ਤੁਸੀਂ ਚੰਗੀ ਨੀ ਕਰਕੇ ਆਈਆਂ। ਕਿਉਂ ਭਾਈ? ਤੁਸੀਂ ਉਹਨੂੰ ਡਰਾਈ ਗਈ ਹੋ ਵੀ ਆਹ ਚੱਕ ਪੈਸੇ, ਆਹ ਚੱਕ ਪੈਸੇ। ਪੈਸੇ ਗਣਿਆ ਕੇ ਆਈਆਂ ਸੀਗੀਆਂ? ਨਾ ਭਾਈ, ਗਣਾਏ ਤਾਂ ਹੈ ਨੀ ਗੇ। ਗਣਾਏ ਨੀ ਬਸ, ਉਹਨੇ ਫੜਾ ਕੇ ਉਹ ਫੜਦੀ ਨੀ ਸੀ, ਅਸੀਂ ਡਰਾ ਕੇ ਫੜਾਤੇ। ਉਹ ਤਾਂ ਮੋਮੋ ਠਗਣੀ ਹੈ, ਉਹਨੇ ਤਾਂ ਉਹੀ ਗੱਲ ਫੇਰ ਕਰਤੀ। ਉਹ ਤਾਂ ਹੁਣ ਐਂ ਕਹਿੰਦੀ ਸੀ ਮੈਨੂੰ ਕਿ ਮੈਂ ਤਾਂ ਭਾਈ 2.5 ਲੱਖ ਕੇ ਤਾਂ ਦੇਣਾ ਸੀ, ਜਦੋਂ ਉਹਨੂੰ ਜਾ ਕੇ ਫੜਾਇਆ ਉਹ ਤਾਂ 2 ਲੱਖ ਹੀ ਨਿਕਲੇ। 50,000 ਰੁਪਏ ਤੇਰੀ ਮਾਂ ਮੈਨੂੰ ਘੱਟ ਦੇਗੀ? ਖਬਰਾਂ ਆਪਦੇ ਘਰੋਂ ਆਪ ਘੱਟ ਦੇ ਕੇ ਆਈ ਹੋਵੇ ਭਾਈ, 50,000 ਰੱਖ ਲਿਆ ਹੋਵੇ, ਅਗਲੇ ਨੂੰ 2 ਦੇ ਕੇ ਆਈ ਹੋਵੇ। ਉਹ ਬੇਬੇ, ਮੈਨੂੰ ਬਥੇਰਾ ਕਿਹਾ, ਬਥੇਰੇ ਇਹਦੇ ਹੱਥ ਬੰਨੇ। ਉਹ ਕਿੱਥੇ ਮੰਨਦੀ ਹੈ? ਕਸੂਰ ਤਾਂ ਸੋਡੇ ਆ ਸਾਰੇ, ਤੇਰਾ ਕਸੂਰ ਹੈ। ਸਾਡਾ ਕਹਿੰਦਾ ਭਾਈ ਕਸੂਰ, ਤਾਂ ਗਿਣ ਕੇ ਫੜਾ ਦੇ, ਅਸੀਂ ਉਵੇਂ ਜਿੱਕਰ ਤੁਰ ਗਏ। ਜੇ ਤਾਂ ਗਿਣ ਕੇ ਫੜਾ ਤਾਂ ਅਸੀਂ ਘੰਟਾ ਘੜੀ ਅੰਦਰ ਰੱਖੇ ਹੋਣ, ਫਿਰ ਤਾਂ ਤੂੰ ਸਾਡੇ ਤੇ ਸ਼ੱਕ ਕਰੇ, ਤਾਂ ਫੜਾ ਤੇ ਗਿਣ ਕੇ ਅਸੀਂ ਤੁਰੀਆਂ ਜਾਂਦੀਆਂ ਉਵੇਂ ਵਰ ਗਏ। ਬੇਬੇ ਕਮਲੀ, ਜਿਹੜਾ ਪੈਸੇ ਦਾ ਮਸਲਾ ਹੁੰਦਾ ਨਾ, ਅਗਲੇ ਤੋਂ ਗਿਣ ਕੇ ਤਾਂ ਪੈਸੇ ਲਈਦੇ ਆ ਤੇ ਗਿਣ ਕੇ ਦੇਈਦੇ ਆ, ਤੁਸੀਂ ਤਾਂ ਐਂ ਸਿੱਟੇ ਆਈਆਂ ਜਿਵੇਂ ਕੋਈ ਰੇਤਾ ਮਿੱਟੀ ਹੁੰਦਾ। ਹਜੇ ਬਾਈ ਖੜਾ ਨਹੀਂ ਸੀ ਛੱਡਦੇ, ਜ਼ਮੀਨ ਜ਼ਮੀਨ ਕਰੀ ਜਾਂਦੀ ਸੀ, ਅਸੀਂ ਕਹਾਂ ਇਹਨੇ ਫੜਦੀ ਆ ਪੈਸੇ, ਆਪਾਂ ਡਰਾ ਕੇ ਫੜਾਓ ਤਾਂ ਕਰਕੇ ਫੜਾ ਕੇ ਆਈਆਂ ਸੀ। ਹੁਣ ਫਿਰ ਇਹ ਗੱਲ ਕਿਵੇਂ ਨਿਬੜੂ? ਮੈਂ ਤੈਨੂੰ ਕਹੀ ਸੀ ਮੇਰੇ ਪਿੰਡ 'ਚ ਜਾਨੀ ਆ ਭਾਈ ਮੇਰੀ ਤਾਈ, ਹੁਣ ਤਾਂ ਸੌ ਸਬਤੇ ਗੱਲ ਨਿਬੜੂ ਹੈ। ਫਿਰ ਸੌ ਸਬਤ ਖਾ ਲੂਗੀ ਭਾਈ, ਫਿਰ ਹੋਰ ਕੀ ਆ, ਉਹਦੇ ਪੁੱਤ ਦੀ ਦਿਖਾ ਦੇ, ਭਾਵੇਂ ਕਿਸੇ ਦਿਖਾ ਦੇ। ਹੁਣ ਤਾਂ ਦੇਖ ਲੈ, ਝੂਠੀਆਂ ਸੱਚੀਆਂ ਸੌਹਾਂ ਖਾਣੀਆਂ ਪੈਣਗੀਆਂ। ਜੇ ਤੁਸੀਂ ਸਿਆਣੀਆਂ ਹੁੰਦੀਆਂ ਉਹਦੀ ਤੁਸੀਂ ਪੈਸੇ ਗਣਿਆ ਕੇ ਆਉਂਦੀਆਂ, ਕਿਉਂ ਇੱਥੇ ਤੱਕ ਗੱਲ ਵੱਧਦੀ ਆਪਣੀ? ਗਣਿਆ ਕੇ ਆਉਂਦੇ ਜਦੋਂ ਫੜਦੀ ਨਹੀਂ ਸੀ ਭਾਈ, ਮੈਂ ਤਾਂ ਮੋੜ ਮੋੜ ਦੇ ਉਹ ਗੱਲ ਦੱਸੀ, ਫੜਦੀ ਨਹੀਂ ਸੀ, ਮਸਾਂ ਤੱਕ ਕਿਹੜੇ ਫੜਾਏ ਹੈਗੇ। ਹੁਣ ਸੌ ਸੁਰਤ ਦੇਖੀਏ, ਆਪਾਂ ਸੱਚੇ ਆ ਤਾਂ ਗਿਣ ਕੇ ਤੇ ਅਸੀਂ ਫੜਾ ਕੇ ਆਏਗੇ, ਅਸੀਂ ਸੌ ਖਾ ਲਾਂਗੇ। ਹੁਣ ਸੌਹਾਂ ਖਾਈ ਜਾਂਦੀ ਹੈ, ਜੇ ਤੂੰ ਪੈਸੇ ਮੋੜ ਲਿਆਉਂਦੀਆਂ ਕਿੱਧਰ ਜਾਂਦੇ ਸੀ? ਪੈਸੇ ਨੂੰ ਸੇਫ ਲੱਗਦੀ ਸੀ? ਫਿਰ ਭਾਈ ਦੋਨੇ ਸੀ ਘਰੇ ਬਣਨ ਦਾ, ਕਹਿੰਦੇ ਨਾਲੇ ਤਾਂ ਕਹਿੰਦੇ ਮੈਂ ਪੈਸੇ ਲਏ ਆ, ਨਾਲੇ ਪੈਸੇ ਮੋੜ ਲਏ ਨੇ, ਫੜਾ ਕੇ ਨਹੀਂ, ਫਿਰ ਸਾਨੂੰ ਐਂ ਡਰ ਸੀ ਵੀ ਤੂੰ ਜ਼ਮੀਨ ਤੇ ਤਾਈ ਨੂੰ ਮੋੜ ਦੇਏਗਾ। ਅੱਛਾ, ਤੁਸੀਂ ਤਾਂ ਬਈ ਐਂ ਪੈਸੇ ਸਿੱਟੀ ਆਉਣੀ ਆ, ਹੁਣ ਦੱਸ ਫਿਰ ਕਿਵੇਂ ਕਰੀਏ? ਹੁਣ ਫਿਰ ਕਿਵੇਂ ਕਰਨਾ ਸੀ? ਤੇ ਤਾਈ ਨੂੰ ਸੱਦਣਾ ਹੀ ਭਾਈ, ਆਉਂਦੇ ਮੇਰੇ ਸੌ ਖਾ ਭਾਈ। ਉਹ ਤਾਂ ਧਰਤੀਆਂ ਵੱਢਦੀ ਆਊਗੀ, ਆਪ ਹੀ ਆਊ, ਤੂੰ ਦੇਖਦੇ ਜਾ ਤੁਹਾਡੇ ਨਾਲ ਕੀ ਬਣਾਉਂਦੀ ਆ ਉਹ। ਸਾਡੇ ਨਾਲ ਕੀ ਬਣਾਉਗੀ ਭਾਈ? ਹੁਣ ਕਹਿੰਦੇ ਅਸੀਂ ਪੈਸੇ ਦੇ ਆਏ ਉਹਨੂੰ, ਕਹਿੰਦੇ ਸਾਥੋਂ ਹੁਣ ਕੁਛ ਨਹੀਂ ਲੈ ਸਕਦੀ, ਸਾਡੇ ਕੋਲ ਕੁਛ ਨਹੀਂ ਉਹਨੂੰ ਦੇਣ ਨੂੰ, ਹੁਣ ਤਾਂ ਰੋਜ ਦਾ ਸੁਭਾਅ ਪੈ ਗਿਆ, ਕਦੇ 10 ਲੈ ਲਿਆ, ਕਦੇ 20 ਲੈ ਲਿਆ, ਹੁਣ ਪੈਸੇ 2.5 ਲੱਖ ਗਿਣ ਕੇ ਲੈ ਆਇਆ, ਹੋਰ ਤਾਂ ਕੋਈ ਚਾਰਾ ਚੱਲਦਾ ਨਹੀਂ। ਉਹਨੇ ਤਾਂ ਜ਼ਮੀਨ ਤਾਂ ਮੈਨੂੰ ਦਿੱਤੀ ਨਹੀਂ, ਮੈਂ ਪੈਸੇ ਕਿਸੇ ਹਿਸਾਬ ਨਾਲ ਕਹਿੰਦੇ ਘੱਟ ਦਿੱਤੇ ਆ। ਓ ਬੇਬੇ, ਮੈਂ ਕੀ ਕਰਾਂ, ਤੁਹਾਡੇ ਤਾਂ ਨਾ ਮਸਲੇ ਮੇਥੋਂ ਹੱਲ ਹੀ ਨਹੀਂ ਹੁੰਦੇ। ਇੱਕ ਮੈਂ ਨਿਬੇੜਦਾ, ਇੱਕ ਤੁਸੀਂ ਹੋਰ ਖੜਾ ਕਰ ਲੈਣੀ ਹੋ। ਉਹ ਕਮਲਾ ਤਾਂ ਮੈਂ ਆ, ਉਹ ਪੈਸੇ ਜਦੋਂ ਮੈਂ ਵਿਸਾਖਾ ਸੁੱਕੇ ਮੇਰੇ ਚਾਚੇ ਕੋਲ ਮੈਂ ਲਿਆਇਆ ਸੀ, 4 ਲੱਖ ਮੈਂ ਲਿਆਇਆ, ਉਹ 1.5 ਕੱਢ ਲਿਆ, 2.5 ਰਹਿ ਗਿਆ, ਮੈਂ ਆਪ ਗਿਣ ਕੇ ਫੜਾਇਆ, ਤੁਹਾਨੂੰ ਮੈਂ ਫੜਾਏ ਆ। ਤੂੰ ਅੱਡੂ ਨੀ ਭਾਈ ਗਿਆ, ਤੂੰ ਕਹਿੰਦਾ ਮੇਰੀ ਜ਼ਬਾਨ ਕੀਤੀ ਹੈ, ਮੈਂ ਜਾਂ ਬਾਹਰ ਦੇ ਕਿਲੇ ਦੀ ਗੱਲ ਕੀਤੀ, ਮੈਥੋਂ 2.5 ਲੱਖ ਫੜਨਾ ਨੀ ਮੇਰੇ ਤਾਈ ਨੇ, ਅੱਗੇ ਤੁਸੀਂ ਫੜਾਓ, ਨਾ ਤਾਂ ਸਾਨੂੰ ਤੂੰ ਮੂਹਰੇ ਕਰ ਦੇਣਾ, ਨਾ ਮੈਂ ਉਹ ਤੇ ਤਾਈ ਮਗਰ ਲੱਗ ਕੇ ਸਾਡੇ ਲੜਦਾ ਭਾਈ ਤੂੰ। ਓ ਬੇਬੇ, ਤਾਈ ਮਗਰ ਕਿਵੇਂ ਲੱਗਦਾ ਮੈਂ? ਉਹ ਤਾਂ ਮੈਨੂੰ ਕਹਿੰਦੇ ਤੂੰ ਤਾਂ ਆਪਦੀ ਮਾਂ ਦਾ ਬਣ ਕੇ ਬਹਿ ਜਾਣਾ। ਉਹ ਹਾਂ ਤਾਂ ਮੈਂ ਸੋਡੇ ਹੀ, ਉਹਦਾ ਤਾਂ ਨਹੀਂ, ਹੁਣ ਦੱਸ ਮੈਂ ਕਰਾਂ ਕੀ, ਮੈਂ ਤਾਂ ਵਿਚਾਲੇ ਫਸਿਆ, ਹੁਣ ਮੇਰੀ ਤਾਈ ਆਊ, ਤੂੰ ਤੇ ਹਰਪ੍ਰੀਤ ਉਹਨਾਂ ਕਿਵੇਂ ਮਰਜ਼ੀ ਨਿਬੜ ਲਓ, ਠੀਕ ਹੈ, ਮੈਨੂੰ ਵਿੱਚ ਨਾ ਇਹੋ ਗੱਲ ਦੇ। ਨਵੇਂ ਭਾਈ ਤੈਨੂੰ ਵਿੱਚ ਨਹੀਂ ਲਿਆਉਂਦੇ, ਅਸੀਂ ਆਪੇ ਨਿਬੜਾਂਗੇ ਨਾ, ਕਹਿ ਜਦੋਂ ਮੈਂ ਹਾਂ ਉਹਦੀ ਮਾਂ ਦਾ, ਉਹਨਾਂ ਨੇ ਬਣ ਕੇ ਹੋਰ ਮੈਂ ਤੇਰਾ ਬਣ ਜਾਂ, ਕਹਿ ਫਿਰ ਤੂੰ ਸਾਡੇ ਨਾਲ ਚੰਗੀ ਕਰਦੀ ਹੈ, ਕਹਿ ਫਿਰ ਜੇ ਮੈਂ ਤੇਰਾ ਬਣ ਜਾਣਾ, ਕਹਿ ਤੂੰ 2.5 ਲੱਖ ਛੱਡ ਦੇ ਨਾਲੇ, ਤੈਨੂੰ 2.5 ਲੱਖ ਪੂਰਾ ਦੇ ਰਿਹਾ, ਤੂੰ ਤਾਂ ਹਜੇ ਵੀ ਕਹਿੰਦੀ ਹੈ ਘੱਟ ਹੈ। ਤੈਨੂੰ ਪਤਾ ਇਹਨੂੰ ਕਿਹੜੀ ਗੱਲ ਮੈਂ ਮੱਚੀ, ਮੈਂ ਕਿਵੇਂ ਦੂਸ਼ਣਬਾਜ਼ੀਆਂ ਕਰਦੀ ਹੈ? ਉਹ ਐਂ ਕਹਿੰਦੀ ਹੈ ਵੀ ਮੈਨੂੰ ਤੁਸੀਂ ਭਾਈ ਜਿਹੜਾ ਕਿੱਲਾ ਕਰਿਆ ਸੀ ਗਹਿਣੇ ਗੱਲ, ਮੈਨੂੰ ਹੀ ਕਿੱਲਾ ਸੰਭਾਉਣਾ ਸੀ, ਜਿਹੜਾ ਤੁਸੀਂ ਵਾਅਦੇ ਸੀ ਰੁਪਏ 4 ਲੱਖ, 1.5 ਲੱਖ ਮੈਂ ਦੇ ਦਿੰਦੀ ਸਾਨੂੰ, ਵਿਸਾਖੇ ਤੋਂ ਵੀ ਲਈ ਹੈ। ਫਿਰ ਆਹ ਗੱਲ ਆਪਣੇ ਨਾਲ ਪਹਿਲਾਂ ਕਰ ਲੈਂਦੀ ਵੀ ਭਾਈ ਮੈਂ 2.5 ਲੱਖ ਮੇਰਾ ਦੇਣਾ, 2.5 ਲੱਖ ਜਿਹੜਾ ਵੱਧ ਹੈਗਾ ਉਹ ਮੈਂ ਤੁਹਾਡਾ ਕਹਿੰਦੀ ਦੇ ਦੂੰਗੀ, ਐਂ ਕਹਿੰਦੀ ਆਪਾਂ ਸ਼ਿਕਨਾ ਦਿੰਦੇ ਸੀ, ਹੁਣ 2.5 ਲੱਖ 'ਚ ਉਹ ਲੈ ਲੈਂਦੀ। ਬੇਬੇ ਮੈਨੂੰ ਕਹੀ ਸੀ ਗੱਲ, ਮੈਂ ਤੂੰ ਪਹਿਲਾਂ ਤਾਂ ਇਹ ਗੱਲ ਕਹੀ ਨਹੀਂ, ਪਹਿਲਾਂ ਸਾਡਾ ਤੂੰ ਹੜੱਪ ਕਰਨਾ ਚਾਹੁੰਦੀ ਸੀ 2.5 ਲੱਖ 'ਚ ਕਿੱਲਾ, ਹੁਣ ਤੂੰ ਇਹ ਗੱਲਾਂ ਤੇ ਆ ਗਈ, ਹੁਣ ਦੇਖ ਲੈ ਹੋਰ ਤਾਂ ਕੋਈ ਚਾਰਾ ਨਹੀਂ ਚੱਲਿਆ,
ਹੁਣ ਉਹ ਆਹ ਦੂਸ਼ਣਬਾਜ਼ੀ ਕਰਦੀ ਆ ਤੁਹਾਡੇ ਤੇ, ਉਹ ਤਾਂ 50000 ਰੁਪਏ ਘੱਟ ਦੇ ਗਈਆਂ, ਉਹ ਤਾਂ ਜਾਣ ਕੇ ਕਿਸੇ ਨਾ ਕਿਸੇ ਬਹਾਨੇ ਉਹਨੂੰ ਆਏ ਵੀ ਜਦ ਇਹਨੇ ਘਰੇ ਪਵੇ ਕਲੇਸ਼ ਤੇ ਜਾਂ ਮੈਨੂੰ 50000 ਰੁਪਏ ਹੋਰ ਦੇਣ, ਉਹ ਤਾਂ ਗੱਲ ਬਣਾਉਂਦੇ ਆ ਭਾਈ, ਕੋਈ ਪੈਸੇ ਘੱਟ ਨਹੀਂ ਦਿੱਤੇ, ਸਾਰੇ ਪੂਰੇ ਦੇ ਕੇ ਆਉਂਦੇ, ਹੁਣ ਉਹਦੇ ਰੋਟੀ ਹਾਜ਼ਮੇ ਨਾਲ ਉਹਦੀ ਲੜਾਈ ਕਰੇ। ਬੇਬੇ ਮੇਰੀ ਗੱਲ ਸੁਣ ਲੈ, ਕਸੂਰ ਤਾਂ ਸਾਰਾ ਤੁਹਾਡਾ ਤੇਰਾ ਤੇ ਹਰਪ੍ਰੀਤ ਦਾ, ਪੈਸਿਆਂ ਦਾ ਜਿਹੜਾ ਮਸਲਾ ਹੁੰਦਾ ਨਾ, ਗਿਣਕੇ ਦਾ ਪੈਸੇ ਲਈਦੇ ਆ ਤੇ ਗਿਣਕੇ ਦੇਈਦੇ, ਜੇ ਤੁਸੀਂ ਪੈਸੇ ਗਿਣਕੇ ਫੜਾ ਕੇ ਨਹੀਂ ਆ, ਹੁਣ ਮੈਂ ਦੱਸ ਕਿਵੇਂ ਕਰਾਂ? ਪਰ ਸਾਡਾ ਕਸੂਰ ਕਾਹਦਾ ਭਾਈ, ਜਦੋਂ ਫੜਦੇ ਨਹੀਂ ਸੀ ਆਪੇ ਕਸੂਰ ਆ, ਗੱਲ ਸਾਰ ਸਹੀ ਹੈ ਤੇਰੇ, ਅਸੀਂ ਕੰਮ ਕਰ ਰਹੇ ਨੇ ਜਦੋਂ ਫੜਦੇ ਨਹੀਂ ਸੀ ਲੈ ਕੇ ਆਉਂਦੇ ਘਰ। ਕਮਲੀ ਤੁਸੀਂ ਹੋ, ਕਮਲੀ ਉਹ ਨਹੀਂ, ਹੁਣ ਦੇਖ ਲੈ ਕਿਵੇਂ ਨਿਬੜੂ ਗੱਲ, ਮੈਨੂੰ ਨਹੀਂ ਪਤਾਗਾ, ਤੁਸੀਂ ਕਹਿੰਦੇ ਅਸੀਂ ਸੱਚੇ ਆ, ਉਹ ਕਹਿੰਦੀ ਮੈਂ ਸੱਚੀ ਆ। ਚਲ ਕੋਈ ਗੱਲ ਨਹੀਂ ਭਾਈ, ਆਉਣ ਦੇ ਸਹੀ ਕਰ ਦਗਾ ਮੈਂ ਤੇ ਹਰਪ੍ਰੀਤ ਉਹਨਾਂ ਨਾਲ ਗੱਲ, ਫਿਰ ਵੀ ਸੌਖਾ ਤੂੰ ਆਪਦੇ ਬਾਲ ਬੱਚੇ ਦਿਖਾ, ਸੀ ਆਪਦੇ ਖਾਨੇ ਆਉਂਦੀ ਆ ਕੀ ਹੈ, ਉਹ ਆਉਂਦੀ ਆ, ਮੈਂ ਤਾਂ ਜਾਣਾ ਆਪੇ ਸਮਝੇ ਕਿਵੇਂ ਮਰਜ਼ੀ, ਕੋਈ ਨਾ ਆ ਜਾਂਦੇ, ਆ ਜਾ ਭੈਣ ਮੈਂ ਗਾਹੇ ਬੈਠੀ ਆ, ਆ ਜਾ ਤੂੰ ਮੇਰੇ ਮੁੰਡੇ ਨੂੰ ਕਿਉਂ ਗਾਲ ਆਉਣੀ, ਮੈਂ ਤੇਰੇ ਨਾਲ ਮੈਂ ਗੱਲ ਕਰਦੀ, ਆ ਜਾ। ਲੈ ਬੋਲ ਤਾਂ ਮਾਰੀ ਜਾਂਦੀ ਆ ਹੁਣ, ਆ ਨਹੀਂ ਪਤਾ ਤਾਂ ਪੈਸਿਆਂ ਨੂੰ ਗੋਲ ਮਾਰਦੀ ਆ, ਆ ਨਹੀਂ ਪਤਾ ਵੀ ਉਹੀ ਗੱਲ ਮੰਗੂ, ਕਿਤੇ ਮੇਰੇ ਹੱਡ ਨਾ ਤੋੜ ਦੇਣ ਦੋਨੇ ਸੱਸ ਨੂੰ, ਹਾਂ ਪਹਿਲਾਂ ਵਾਲੀ ਕਰਨ ਕਿਤੇ ਲੜਾਈ ਕਰਕੇ ਖੜ ਜਾਣ, ਚੱਲ ਦੇਖਦੀ ਆ 50000 ਤਾਂ ਮੈਂ ਇਹਨੇ ਤੋਂ ਕਢਾ ਕੇ ਛੱਡੂ, ਕਿਹੜਾ 2,50,000 ਰੁਪਇਆ ਘਰੇ ਪਿਆ, ਜਾ ਕੇ ਤਾਂ ਮੈਂ ਆਉਣੀ ਹੈਗੀ। ਵੱਖਰੀ ਸੋਚ ਚੈਨਲ ਦੀ ਟੀਮ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੋ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ, ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਇਹਦਾ ਅਗਲਾ ਐਪੀਸੋਡ ਜ਼ਰੂਰ ਦੇਖਣਾ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵੱਖਰੀ ਸੋਚ ਚੈਨਲ ਤੇ ਜਿਨ੍ਹਾਂ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ, ਅਸੀਂ ਨਾਮ ਬੋਲਣ ਜਾ ਰਹੇ ਹਾਂ। ਹਰਦੇਵ ਸਿੰਘ ਜੀ, ਪਰਮਿੰਦਰ ਕੌਰ, ਫਤਿਹਗੜ੍ਹ ਸਾਹਿਬ ਜੀ, ਰੇਖਾ ਸ਼ਰਮਾ, ਦਰੁਬਿਕਾ ਸ਼ਰਮਾ, ਨੈਤ ਸ਼ਰਮਾ, ਲੀਲਾ ਰਾਮ ਨਾਂਗਲਾ, ਰਵਿੰਦਰ ਕੌਰ ਹਮਜਾਪੁਰ, ਲਵਪ੍ਰੀਤ ਵਰਕਸ ਕੋਟਕਪੂਰਾ, ਕ੍ਰਿਸ਼ਨ ਲਾਲ ਡਰਾਈਵਰ ਡੇਲਵਾਂ ਰਾਜਸਥਾਨ, ਬਲਵਿੰਦਰ ਸਿੰਘ ਚਾਨਾ, ਬੀਰਪਾਲ ਕੌਰ ਚਾਨਾ, ਰਾਮਗੜੀਆ ਰਤੀਆ ਹਰਿਆਣਾ, ਆਇਸ਼ਾ ਭੁੱਲਰ, ਮਹਿਸ਼ਾ ਭੁੱਲਰ, ਜੁਗਰਾਜ ਭੁੱਲਰ, ਡਾਕਟਰ ਰਣਜੀਤ ਸਿੰਘ ਖੰਗੂੜਾ, ਲਤਾਲਾ ਲੁਧਿਆਣਾ, ਕੈਲਗਰੀ ਕੈਨੇਡਾ, ਗੁਰਵਿੰਦਰ ਸਿੰਘ ਕੁਲਾਰ, ਪਿੰਡ ਮਿੱਡੂਖੇੜਾ, ਸ੍ਰੀ ਮੁਕਤਸਰ ਸਾਹਿਬ ਜੀ, ਬੌਬੀ ਰਾਜਾ ਹਾਂਗਕਾਂਗ, ਤਰਨਵੀਰ ਸਿੰਘ ਮੋਗਾ, ਹੈਪੀ ਜੋਸ਼ੀ, ਪਰਮਜੀਤ ਕੌਰ ਮੋਗਾ, ਰਵਿੰਦਰ ਕੌਰ ਗੜਸਾਣਾ ਮੰਡੀ, ਬਲਜਿੰਦਰ ਸਿੰਘ, ਸ਼ਾਸ਼ੀ ਬਾਜਵਾਈ, ਸ੍ਰੀ ਪਾਉਂਟਾ ਸਾਹਿਬ ਜੀ, ਸੁਮਿਤਰਾ ਸ਼ਰਮਾ, ਮਨੋਹਰ ਲਾਲ ਬਜਾਜ, ਨਿਰਮਲਾ ਰਾਣੀ ਬਜਾਜ, ਕੋਠਾ ਗੁਰੂ ਬਠਿੰਡਾ, ਦਰਸ਼ਨ ਸਿੰਘ, ਨਵੀਂ ਮੰਡੀ ਗੜਸਾਣਾ ਰਾਜਸਥਾਨ, ਨਛੱਤਰ ਪਛੌੜੀਆ ਪਛੌੜ ਵਾਲਾ, ਕੇ ਕੇ ਸੀ, ਅਰਸ਼ਦੀਪ ਸਿੰਘ ਬਹਾਦਰਪੁਰ, ਕਮਲੇਸ਼ ਪਠੇਲਾ ਸ੍ਰੀ ਮੁਕਤਸਰ ਸਾਹਿਬ, ਅਰਸ਼ਦੀਪ ਅਰਸ਼ੂ, ਅਮਰ ਸਿੰਘ ਪਟਿਆਲਾ, ਸੁਖਵਿੰਦਰ ਕੌਰ ਹੁਸ਼ਿਆਰਪੁਰ, ਰੇਣੂ ਅਰੋੜਾ ਦਿੱਲੀ, ਨਰਸੀ ਰਾਮ ਬਠਿੰਡਾ, ਕਮਲਦੀਪ ਬਠਿੰਡਾ, ਜਸਜੀਤ ਸ਼ਰਮਾ, ਦਰਸ਼ਨ ਸਿੰਘ ਚੁਨੇਰ, ਸਤੀਸ਼ ਖਿੱਪਲ, ਸੁਕੁੰਤਲਾ ਦੇਵੀ, ਬਲਜੀਤ ਕੌਰ ਬਰਾੜ, ਪਿੰਡ ਮੱਤਾ ਫਰੀਦਕੋਟ, ਕਰਮਜੀਤ ਕੌਰ ਨੰਗਲਗੜੀਆ, ਸ਼ਾਲੂ ਖਾਨ ਭਦੌੜ, ਗੁਰਦੀਪ ਸਿੰਘ ਦਿਓ, ਨਾਮਸੋ ਦੀਪਾ, ਰਿਦਮ ਗਰਗ, ਲਵਦੀਪ ਸਿੰਘ ਪਿੰਡ ਮਾੜੀ, ਮਾਨਾਵਾਲੀ, ਸੁਤੰਤਰ ਕੌਰ ਦਰੋਗਾ ਸਿੰਘ, ਪਿੰਕੀ ਲੁਧਿਆਣਾ, ਕਮਲਦੀਪ ਬੱਗਾ ਲੁਧਿਆਣਾ, ਰਵਿੰਦਰ ਕੌਰ ਮੇਜਰ ਸਿੰਘ, ਪਚਿੱਤਰ ਸਿੰਘ ਚੰਡੀਗੜ੍ਹ, ਸੁਖਦੀਪ ਸਿੰਘ ਸ਼ੇਰਗਿੱਲ ਤਾਰੇਵਾਲਾ ਮੋਗਾ, ਅਮਨਦੀਪ ਕੌਰ ਫੱਤਾ ਮਾਲੋਕਾ, ਬਲਵੰਤ ਸਿੰਘ ਸ਼ੇਰਗਿੱਲ ਲੁਧਿਆਣਾ। ਜਿਨ੍ਹਾਂ ਵੀਰਾਂ ਅਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਹੈ, ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਅਤੇ ਭੈਣਾਂ ਦੇ ਨਾਮ ਬੋਲਣ ਮੰਨਿਓ ਰਹਿ ਗਏ, ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ।
ਸਾਨੂੰ ਕਮੈਂਟ ਕਰਨ ਲਈ, ਸਾਨੂੰ ਸੁਝਾਓ ਦੇਣ ਲਈ, ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।